ਜਿਹੜੇ ਵੀ ਜਿੱਤਣਗੇ ਉਸਨੇ ਆਪਣੇ ਨਾਲ ਬਿਠਾਉਣੇ, ਯਿਸੂ ਧਰਮੀ ਲੋਕਾਂ ਨੂੰ ਜ਼ਿੰਦਗੀ ਦੇ ਤਾਜ ਪਵਾਉਣੇ। ਸੋ ਜਿਹੜੇ ਜਿੱਤਣਗੇ ਉਹਨਾਂ ਨੂੰ ਯਿਸੂ ਮਸੀਹ ਨੇ ਆਪਣੇ ਨਾਲ ਬਿਠਾਉਣਾ ਆ। ਜਿਹੜੇ ਅੱਜ ਸੋਚ ਰਹੇ ਆ ਕਿ ਅਸੀਂ ਫਲਾਨੀ ਚੀਜ਼ ਨੂੰ ਜਿੱਤਣਾ, ਧਮਕਾਨੀ ਚੀਜ਼ ਨੂੰ ਜਿੱਤਣਾ ਆ, ਅਸੀਂ ਚੀਜ਼ਾਂ ਨੂੰ ਜਿੱਤਣ ਵਿੱਚ ਲੱਗੇ ਹੋਏ ਹਾਂ, ਪਰ ਜਿਨ੍ਹਾਂ ਨੇ ਆਪਣੇ ਮਨ ਨੂੰ ਜਿਹੜੇ ਜਿੱਤ ਲੈਣਗੇ ਔਰ ਜਿਹੜੇ ਜਿੱਤ ਜਾਣਗੇ ਉਸ ਦੌੜ ਦੇ ਵਿੱਚ ਜਿਹੜੀ ਪਰਮੇਸ਼ੁਰ ਨੇ ਸਭਨਾਂ ਨੂੰ ਦਿੱਤੀ ਆ, ਹਰੇਕ ਦੀ ਇੱਕ ਦੌੜ ਦਿੱਤੀ ਆ ਪਰਮੇਸ਼ੁਰ ਨੇ, ਜਿਹੜੇ ਉਸ ਦੌੜ ਦੇ ਵਿੱਚੋਂ ਜਿੱਤ ਜਾਣਗੇ ਉਹ ਸੱਜੇ ਹੱਥ ਬੈਠਣਗੇ। ਯਿਸੂ ਧਰਮੀ ਲੋਕਾਂ ਨੂੰ ਜ਼ਿੰਦਗੀ ਦੇ ਤਾਜ ਪਾਉਣੇ, ਧਰਮੀਆਂ ਨੂੰ ਪਰਮੇਸ਼ੁਰ ਨੇ ਜਿਹੜੇ ਆ ਉਹ ਜ਼ਿੰਦਗੀ ਦੇ ਤਾਜ ਜਿਹੜੇ ਆ ਉਹ ਪਵਾਉਣੇ ਆ। ਫਿਰ ਕਹਿੰਦਾ ਜੀਵਨ ਦੀ ਪੋਥੀ ਨੇ ਇੱਕ ਦਿਨ ਲੇਖਾ ਸਬਦਾ ਕਰਨਾ, ਅਟਲ ਸੱਚਾਈ ਆ ਕਿ ਜਿਹਦਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਹੋਊਗਾ ਉਹੀ ਸਵਰਗ ਰਾਜ ਦਾ ਜਿਹੜਾ ਅਧਿਕਾਰੀ ਹੋਊਗਾ। ਬੇਸ਼ੱਕ ਮੈਂ ਚੰਗੀਆਂ ਗੱਲਾਂ ਕਰਾਂ, ਬੇਸ਼ੱਕ ਮੈਂ ਚੋਪੜ ਚੋਪੜ ਕੇ ਗੱਲਾਂ ਕਰਾਂ, ਜਾਂ ਮੈਂ ਬਹੁਤ ਵਿਦਵਾਨ ਹੋਣ ਦਾ ਜਿਹੜਾ ਆ ਉਹ ਵਿਖਾਵਾ ਕਰਾਂ, ਪਰ ਜੇ ਮੇਰਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਨਾ ਲੱਭਿਆ ਤਾਂ ਭਾਵੇਂ ਮੈਂ ਤੁਹਾਡੇ ਨਾਲ ਰੋਜ਼ ਲਾਈਵ ਹੁੰਦੀ ਹਾਂ, ਭਾਵੇਂ ਮੇਰੀਆਂ ਪ੍ਰਾਰਥਨਾਵਾਂ ਦੇ ਨਾਲ ਮੁਰਦੇ ਕਿਉਂ ਨਾ ਜਿੰਦੇ ਹੋਏ ਹੋਣ, ਰੋਗੀਆਂ ਦਾ ਚੰਗੇ ਹੋਣਾ ਤਾਂ ਗੱਲ ਹੀ ਬਹੁਤ ਜਿਹੜੀ ਆ ਛੋਟੀ ਆ, ਪਰ ਭਾਵੇਂ ਮੇਰੀਆਂ ਪ੍ਰਾਰਥਨਾਵਾਂ ਦੇ ਨਾਲ ਮੁਰਦੇ ਕਿਉਂ ਨਾ ਜਿੰਦੇ ਹੋਏ ਹੋਣ, ਪਰ ਜੇ ਮੇਰਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਨਾ ਨਿਕਲਿਆ ਤਾਂ ਫਿਰ ਮੈਂ ਸਵਰਗ ਦੀ ਕਦੀ ਵੀ ਅਧਿਕਾਰੀ ਨਹੀਂ ਹੋ ਸਕਦੀ। ਇਸ ਲਈ ਸਾਡੇ ਸਭਨਾਂ ਦੀ ਜਿਹੜੀ ਦੌੜ ਆ ਉਹ ਇਹ ਹੋਣੀ ਚਾਹੀਦੀ ਹੈ ਕਿ ਸਾਡਾ ਨਾਮ ਜੀਵਨ ਦੀ ਪੋਥੀ ਵਿੱਚ ਲਿਖਿਆ ਜਾਏ। ਹਰ ਪ੍ਰਾਰਥਨਾ ਦੇ ਵਿੱਚ ਇਹਨਾਂ ਅੱਖਰਾਂ ਨੂੰ ਸ਼ਾਮਿਲ ਕਰੋ ਕਿ ਹੇ ਪਿਤਾ ਪਰਮੇਸ਼ੁਰ ਜੀ ਸਾਡਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਏ, ਹੇ ਪਿਤਾ ਪਰਮੇਸ਼ੁਰ ਜੀ ਸਾਨੂੰ ਇੱਦਾਂ ਦੇ ਬਣਾ ਲਓ ਕਿ ਸਾਡਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਏ, ਕੋਈ ਵੀ ਕੰਮ ਸਾਤੋਂ ਇਹੋ ਜਿਹਾ ਨਾ ਹੋ ਜਾਵੇ ਜਿਹਦੇ ਨਾਲ ਸਾਡਾ ਉਹ ਨਾਮ ਜਿਹੜਾ ਆ ਉਹ ਮੇਟ ਦਿੱਤਾ ਜਾਵੇ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਉਹ 'ਚੋਂ ਮੇਟੇ ਵੀ ਜਾਂਦੇ ਆ ਨਾਮ। ਸੋ ਹੋ ਸਕਦਾ ਅਸੀਂ ਬਹੁਤ ਲੌਂਗ ਟਾਈਮ ਤੱਕ ਆਪਣਾ ਜਿਹੜਾ ਉਹ ਅਸੀਂ ਧਾਰਮਿਕਤਾ ਦੇ ਵਿੱਚ ਚੱਲੇ ਹਾਂ, ਪਰ ਅਸੀਂ ਅਗਰ ਐਂਡ ਦੇ ਵਿੱਚ ਆਣ ਕੇ ਕਿਸੇ ਕੰਮ ਦੇ ਨਾਲ ਜਾਂ ਕਿਸੇ ਗੱਲ ਦੇ ਨਾਲ ਕੋਈ ਇਹੋ ਜਿਹਾ ਕੁਛ ਕਰਕੇ ਅਸੀਂ ਉਸ ਚੀਜ਼ ਤੋਂ ਵਾਂਝੇ ਰਹਿ ਗਏ ਤਾਂ ਸਾਡਾ ਨਾਮ ਜਿਹੜਾ ਉਹ ਜੀਵਨ ਦੀ ਪੋਥੀ ਦੇ ਵਿੱਚੋਂ ਮੇਟ ਦਿੱਤਾ ਜਾਣਾ ਹੈ। ਉੱਥੇ ਇੱਦਾਂ ਨਹੀਂ ਚੱਲਣਾ ਭਾਈ ਕਿ ਤੂੰ ਸ਼ੁਰੂ ਸ਼ੁਰੂ ਦੇ ਵਿੱਚ ਤਾਂ ਜਿਹੜਾ ਆ 7 ਮਹੀਨੇ ਜਿਹੜੇ ਉਹ ਤੂੰ ਬਹੁਤ ਸੋਹਣੇ ਪਰਮੇਸ਼ੁਰ ਦੀ ਧਾਰਮਿਕਤਾ ਦੇ ਵਿੱਚ ਕੱਢੇ ਆ, ਪਰ ਆ ਜਿਹੜਾ ਅਖੀਰਲਾ 1 ਮਹੀਨਾ ਸੀ ਇਹਦੇ ਵਿੱਚ ਚੱਲ ਤੂੰ ਜਿਹੜੀਆਂ ਗਲਤੀਆਂ ਕਰ ਲਈਆਂ ਤੇਰੀਆਂ ਪਿਛਲੇ 7 ਮਹੀਨਿਆਂ ਦੇ ਨਾਲ ਜਿਹੜੀਆਂ ਉਹ ਗਲਤੀਆਂ ਕੱਟੀਆਂ ਜਾਣੀਆਂ, ਤੇ ਇੱਦਾਂ ਨਹੀਂ ਹੋਣਾ। ਉਹ ਅਖੀਰਲੇ ਸਮੇਂ ਤੱਕ ਅੰਤਹਾਕਰਨ ਤੱਕ ਆਪਣੇ ਮਨ ਦੇ ਅੰਦਰੋਂ ਅਸੀਂ ਅਖੀਰਲੇ ਟਾਈਮ ਤੱਕ ਜਿਹੜੇ ਆ ਅਸੀਂ ਸ਼ੁੱਧ ਹੋਣੇ ਚਾਹੀਦੇ ਹਾਂ ਪਰਮੇਸ਼ੁਰ ਦੀ ਨਜ਼ਰ ਦੇ ਵਿੱਚ, ਤਾਂ ਸਾਡੇ ਨਾਮ ਜਿਹੜੇ ਆ ਉਹ ਜੀਵਨ ਦੀ ਪੋਥੀ ਦੇ ਵਿੱਚ ਲਿਖੇ ਜਾਣੇ ਆ। ਕਿਉਂਕਿ ਬਾਈਬਲ ਦੇ ਵਿੱਚ ਇੱਦਾਂ ਲਿਖਿਆ ਆ ਪਵਿੱਤਰ ਬਾਈਬਲ ਦੇ ਵਿੱਚ ਕਿ ਜਿਹੜਾ ਧਰਮੀ ਆ ਜੋ ਸਾਰੇ ਬਹੁਤ ਸਾਰੇ ਕੰਮ ਧਾਰਮਿਕਤਾ ਦੇ ਕਰਦਾ ਆ ਪਰ ਅਖੀਰ ਦੇ ਵਿੱਚ ਉਹ ਇੱਕ ਪਾਪ ਕਰਦਾ ਆ ਤਾਂ ਉਹ ਜਿਹੜਾ ਪਾਪ ਹੈ ਉਹਨੂੰ ਨਰਕ ਨੂੰ ਲੈ ਕੇ ਜਾਊਗਾ। ਪਰ ਇੱਕ ਪਾਪੀ ਮਨੁੱਖ ਜਿਹਨੇ ਜੀਵਨ ਭਰ ਗਲਤੀਆਂ ਕੀਤੀਆਂ ਹੋਣ ਪਰ ਉਹ ਅਗਰ ਅੰਤਲੇ ਸਮੇਂ ਦੇ ਵਿੱਚ ਉਹ ਆਪਣੀ ਤੌਬਾ ਕਰ ਲੈਂਦਾ, ਆਪਣੇ ਗੁਨਾਹਾਂ ਨੂੰ ਮੰਨ ਕੇ ਛੱਡ ਦਿੰਦਾ, ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪਦਾ ਆ, ਤਾਂ ਉਹ ਪਾਪੀ ਜਿਹੜਾ ਉਹ ਜ਼ਿੰਦਗੀ ਭਰ ਦੀਆਂ ਗਲਤੀਆਂ ਦਾ ਕਰਕੇ ਨਰਕ ਨੂੰ ਨਹੀਂ ਜਾਊਗਾ। ਪਰ ਆਪਣੀ ਅਖੀਰਲੇ ਸਮੇਂ ਦੇ ਵਿੱਚ ਜਿਹੜਾ ਸਮਾਂ ਉਹਨੇ ਪਰਮੇਸ਼ੁਰ ਦੇ ਨਾਲ ਬਿਤਾਇਆ, ਜਿਹੜੀ ਉਹਨੇ ਤੌਬਾ ਕੀਤੀ, ਉਹਦਾ ਕਰਕੇ ਉਹ ਪਾਪੀ ਜਿਹੜਾ ਆ ਉਹ ਸਵਰਗ ਨੂੰ ਚਲਿਆ ਜਾਊਗਾ। ਸੋ ਚਾਹੇ ਅਸੀਂ ਕਿੰਨੇ ਵੀ ਪਾਪੀ ਹੋਈਏ, ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਹੋ ਸਕਦੇ ਆ ਜਿਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਚੱਲਦਾ ਹੋਏ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਆ, ਮੈਨੂੰ ਪਰਮੇਸ਼ੁਰ ਦੇ ਕੋਲੋਂ ਕੋਈ ਢੋਈ ਨਹੀਂ ਮਿਲਣੀ, ਮੇਰਾ ਨਾਮ ਜਿਹੜਾ ਆ ਉਹ ਨਰਕ ਦੇ ਵਿੱਚ ਹੀ ਜਿਹੜਾ ਲਿਖਿਆ ਗਿਆ ਹੈ, ਮੈਂ ਨਰਕ ਨੂੰ ਹੀ ਜਾਣਾ ਆ, ਤਾਂ ਵਚਨ ਸਾਨੂੰ ਦੱਸਦਾ ਆ ਕਿ ਜੇ ਅਸੀਂ ਜ਼ਿੰਦਗੀ ਭਰ ਗਲਤੀਆਂ ਕੀਤੀਆਂ ਪਰ ਅਸੀਂ ਹੁਣ ਆਪਣਾ ਜਿਹੜਾ ਮਨ ਆ ਉਹਨੂੰ ਅਸੀਂ ਸਮਝਾ ਲਿਆ, ਹੁਣ ਅਸੀਂ ਬਣਾ ਲਿਆ ਆਪਣਾ ਮਨ ਕਿ ਮੈਂ ਇਹ ਗਲਤੀਆਂ ਦੁਬਾਰਾ ਨਹੀਂ ਕਰਨੀਆਂ, ਮੈਂ ਇਹਨਾਂ ਗਲਤੀਆਂ ਨੂੰ ਛੱਡਣਾ ਆ, ਤੇ ਫਿਰ ਯਕੀਨ ਕਰੋ ਕਿ ਜਦੋਂ ਤੁਸੀਂ ਛੱਡਣ ਦਾ ਮਨ ਬਣਾ ਲਓਗੇ ਔਰ ਪਰਮੇਸ਼ੁਰ ਜੀ ਦੇ ਅੱਗੇ ਜਿਹੜਾ ਆ ਉਹਨੂੰ ਸਮਰਪਿਤ ਕਰ ਦੋਗੇ ਆਪਣੇ ਇਰਾਦਿਆਂ ਨੂੰ, ਆਪਣੇ ਮਨ ਨੂੰ, ਆਪਣੀ ਅੰਦਰਲੀ ਇਨਸਾਨੀਅਤ ਨੂੰ ਜਦੋਂ ਪਰਮੇਸ਼ੁਰ ਜੀ ਦੇ ਅੱਗੇ ਸਮਰਪਿਤ ਕਰ ਦੋਗੇ ਔਰ ਇਕਰਾਰ ਕਰੋਗੇ ਕਿ ਹਾਂ ਮੈਂ ਗੁਨਾਹਗਾਰ ਹਾਂ ਅਤੇ ਪ੍ਰਭੂ ਬਖਸ਼ਣਹਾਰ ਪਰਮੇਸ਼ੁਰ ਆ, ਉਸ ਵੇਲੇ ਜਿਹੜੇ ਸਾਡੇ ਗੁਨਾਹ ਆ ਉਹ ਬਖਸ਼ ਦਿੱਤੇ ਜਾਣਗੇ ਔਰ ਫਿਰ ਜਿਹੜਾ ਸਾਡਾ ਨਾਮ ਹੈ ਉਹ ਜੀਵਨ ਦੀ ਪੋਥੀ ਦੇ ਵਿੱਚ ਜਿਹੜਾ ਆ ਉਹ ਲੱਭੂਗਾ। ਸੱਚਮੁੱਚ ਇਹ ਸੌਂਗ ਜਿਹੜਾ ਆ ਇਹ ਰੀਅਲੀ ਇੰਨਾ ਰੂਹ ਦੀ ਅਗਵਾਈ ਦੇ ਨਾਲ ਉਸ ਰਾਈਟਰ ਨੇ ਲਿਖਿਆ ਜਿੰਨੇ ਵੀ ਲਿਖਿਆ, ਕਹਿੰਦਾ ਹੁਣ ਸਮਾਂ ਕੀਮਤੀ ਹੈ, ਬੀਤਿਆ ਵੇਲਾ ਹੱਥ ਨਹੀਂ ਆਉਣਾ। ਸੱਚਮੁੱਚ ਇਹ ਸਮਾਂ ਜਿਹੜਾ ਆ ਜਿਹੜਾ ਚੱਲ ਰਿਹਾ ਆ ਇਹ ਸਮਾਂ ਬਹੁਤ ਕੀਮਤੀ ਆ। ਹੋ ਸਕਦਾ ਅੱਜ ਹੀ ਉਹ ਸਮਾਂ ਹੋਵੇ ਜਿਹਦਾ ਜਿਹਦੇ ਵਿੱਚ ਸਾਨੂੰ ਤੌਬਾ ਕਰ ਲੈਣੀ ਚਾਹੀਦੀ, ਕਿਉਂਕਿ ਅਗਲੀ ਘੜੀ ਦਾ ਕਿਹਨੂੰ ਪਤਾ ਕਿ ਸਵੇਰ ਨੂੰ ਉੱਠਣਾ ਹੈ ਕਿ ਨਹੀਂ ਉੱਠਣਾ, ਅੱਧੀ ਰਾਤ ਤੱਕ ਦਾ ਵੀ ਨਹੀਂ ਪਤਾ ਕਿ ਕਿੰਨੇ ਅੱਧੀ ਰਾਤ ਦੇਖਣੀ ਆ ਕਿ ਨਹੀਂ ਦੇਖਣੀ। ਸੋ ਪਰਮੇਸ਼ੁਰ ਜੀ ਜਾਣਦੇ ਆ
ਕਿਹੜੇ ਮਨੁੱਖ ਦਾ ਕਿੰਨਾ ਸਮਾਂ ਬਾਕੀ ਆ, ਕਿਹੜੇ ਵੇਲੇ ਉਹਦੇ ਉੱਤੇ ਜਿਹੜਾ ਉਹਦੀ ਜ਼ਿੰਦਗੀ ਦੇ ਜਿਹੜੇ ਸਵਾਸ ਆ ਉਹਨਾਂ ਦੀ ਗਿਣਤੀ ਖਤਮ ਹੋ ਜਾਣੀ ਹੈ, ਕਿਸੇ ਮਨੁੱਖ ਨੂੰ ਨਹੀਂ ਪਰ ਪਰਮੇਸ਼ੁਰ ਜੀ ਨੂੰ ਪਤਾ। ਇਸ ਲਈ ਇੱਕ ਇੱਕ ਜਿਹੜਾ ਸਕਿੰਟ ਆ ਉਹ ਸਾਡੇ ਲਈ ਕੀਮਤੀ ਆ, ਉਹਦੀ ਕਦਰ ਨੂੰ ਸਮਝਣ ਦੀ ਜ਼ਰੂਰਤ ਆ। ਔਰ ਇਸ ਸਮੇਂ ਨੂੰ ਜਿਹੜਾ ਆ ਉਹ ਸਾਨੂੰ ਜਿਹੜਾ ਆ ਲਾਹੇਵੰਦ ਕਰ ਲੈਣਾ ਚਾਹੀਦਾ ਇਸ ਹੀ ਸਮੇਂ ਦੇ ਵਿੱਚ, ਕਿਉਂਕਿ ਦੇਖੋ ਇੱਕ ਵੀ ਧਰਮੀ ਜਾਨੀ ਬਾਈਬਲ ਸਾਨੂੰ ਦੱਸਦੀ ਏਦਾਂ ਨਹੀਂ ਹੈਗਾ ਕਿ ਕੋਈ ਮਨੁੱਖ ਕਵੇ ਜੀ ਮੈਂ ਕਦੀ ਕੋਈ ਗਲਤੀ ਨਹੀਂ ਕੀਤੀ। ਤੁਸੀਂ ਕੋਈ ਵੀ ਐਗਜ਼ਾਮਪਲ ਇਹੋ ਜਿਹੀ ਨਹੀਂ ਲੱਭ ਸਕਦੇ ਜਿਸ ਮਨੁੱਖ ਦੇ ਵਿੱਚ ਕੋਈ ਅਵਗੁਣ ਨਾ ਹੋਏ, ਉਹਦੀ ਸਾਰੀ ਸ਼ੁੱਧ 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 ਹੋਏ। ਛੁੱਟ ਪਰਮੇਸ਼ਵਰ ਤੋਂ ਕੋਈ ਵੀ ਇਹੋ ਜਿਹਾ ਨਹੀਂ, ਬਾਈਬਲ ਦੱਸਦਾ ਇੱਕ ਵੀ ਨਹੀਂ। ਸਾਰੇ ਗੁਨਾਹਗਾਰ, ਸਭ ਨੇ ਗਲਤੀਆਂ ਕੀਤੀਆਂ, ਕਿਸੇ ਨੇ ਸ਼ੁਰੂ ਵਿੱਚ ਕੀਤੀਆਂ, ਕਿਸੇ ਨੇ ਐਂਡ ਵਿੱਚ ਕੀਤੀਆਂ, ਤੇ ਕੋਈ ਕਰੀ ਜਾ ਰਿਹਾ ਆ। ਪਰ ਜਿਹੜਾ ਵੇਲਾ ਲੰਘ ਗਿਆ ਆ ਉਹ ਹੱਥ ਨਹੀਂ ਆਉਣਾ, ਤੇ ਇਹ ਨਾ ਹੋਏ ਕਿ ਅੱਜ ਦਾ ਵੇਲਾ ਜਿਹੜਾ ਚੱਲ ਰਿਹਾ ਜਦੋਂ ਇਹ ਲੰਘ ਜਾਵੇ ਤੇ ਫਿਰ ਇਹਨੇ ਵੀ ਮੁੜ ਕੇ ਨਹੀਂ ਆਉਣਾ, ਤੇ ਹੋਰ ਸਾਡੇ ਕੋਲ ਬਾਕੀ ਬਚਿਆ ਹੀ ਨਾ ਹੋਵੇ, ਤਾਂ ਇਹ ਨਾ ਹੋਵੇ ਕਿ ਅਸੀਂ ਸਿਆਣੇ ਬਣਦੇ ਬਣਦੇ ਨਰਕ ਦੇ ਵਿੱਚ ਚਲੇ ਜਾਈਏ। ਇਸ ਲਈ ਸਿਆਣੇ ਬਣਨਾ ਜਿਹੜਾ ਉਹ ਸਿਆਣਪ ਜਿਹੜੀ ਉਹ ਪਰਮੇਸ਼ੁਰ ਦੇ ਹੱਥ ਵਿੱਚ ਆ, ਜਿਸ ਨੂੰ ਚਾਹੇ ਉਸਨੂੰ ਉਹ ਦਿੰਦਾ ਆ, ਬੁੱਧ ਪਰਮੇਸ਼ੁਰ ਦੇ ਹੱਥ ਵਿੱਚ ਆ, ਬੁੱਧ ਖਜ਼ਾਨੇ ਪਰਮੇਸ਼ੁਰ ਜੀ ਦੇ ਕੋਲ ਆ। ਪਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਨੀਵੇਂ ਬਣੀਏ, ਅਸੀਂ ਨਰਮਾਈ ਦੇ ਨਾਲ ਚੱਲੀਏ, ਅਸੀਂ ਹਲੀਮ ਹੋ ਜਾਈਏ, ਪਰਮੇਸ਼ੁਰ ਜੀ ਦੇ ਅੱਗੇ ਅਸੀਂ ਗੋਡੇ ਟੇਕ ਲਈਏ, ਔਰ ਅਸੀਂ ਤੌਬਾ ਕਰ ਲਈਏ। ਔਰ ਇਸੇ ਸਮੇਂ ਨੂੰ ਜਿਹੜਾ ਚੱਲ ਰਿਹਾ ਇਸੇ ਸਮੇਂ ਦੇ ਵਿੱਚ ਜਿਹਨੂੰ ਵੀ ਮਾਫ਼ ਕਰਨ ਵਾਲਾ ਆ ਨਾ ਇਸੇ ਸਮੇਂ ਦੇ ਵਿੱਚ ਮਾਫ਼ ਕਰ ਦਿਓ ਕਿ ਹੇ ਪਿਤਾ ਪਰਮੇਸ਼ੁਰ ਜਿਹੜਾ ਮੇਰਾ ਫਲਾਨੇ ਦੇ ਲਈ ਮੇਰੇ ਮਨ ਦੇ ਵਿੱਚ ਨਫ਼ਰਤ ਆ, ਮੈਂ ਉਹਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜਾ ਆ ਛੱਡਦਾ ਹਾਂ। ਜਿਹੜਾ ਫਲਾਨੇ ਦੇ ਨਾਲ ਮੇਰਾ ਬੋਲ ਕਬੋਲ ਹੋਇਆ ਮੈਂ ਉਹਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜਾ ਆ ਉਹ ਛੱਡਦਾ ਆ। ਜਿਹਦੇ ਨਾਲ ਵੀ ਮੇਰਾ ਗੁੱਸਾ ਆ ਮੈਂ ਉਹਨੂੰ ਛੱਡਦਾ, ਚਾਹੇ ਤੁਹਾਡੇ ਭਰਾ ਦੇ ਨਾਲ ਆ, ਚਾਹੇ ਤੁਹਾਡੇ ਗੁਆਂਢੀ ਦੇ ਨਾਲ ਆ, ਚਾਹੇ ਰਿਸ਼ਤੇਦਾਰ ਦੇ ਨਾਲ। ਜਿਹੜਾ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਉਣਾ। ਆਪਣੀ ਜਦੋਂ ਤੁਸੀਂ ਮਰਨਾ ਆ ਜਾਂ ਜਦੋਂ ਅਸੀਂ ਮਰਨਾ ਆ ਤੇ ਸਾਡੇ ਨਾਲ ਲੜਾਈਆਂ ਝਗੜੇ ਨਹੀਂ ਜਾਣੇ ਚਾਹੀਦੇ, ਪਰ ਸਾਡੇ ਨਾਲ ਪਿਆਰ ਹੋਣਾ ਚਾਹੀਦਾ। ਲੋਕੀ ਸਾਨੂੰ ਪਿੱਛੋਂ ਇਸ ਕਰਕੇ ਨਾ ਯਾਦ ਕਰਨ ਕਿ ਇਹ ਬੜਾ ਕੱਬਾ ਸੀਗਾ, ਇਹ ਬੜਾ ਲੜਾਈ ਖੋਰਾ ਸੀਗਾ, ਇਹ ਬੜਾ ਲੜਾਕੂ ਸੀਗਾ, ਇਹਨੇ ਕਦੀ ਕਿਸੇ ਨੂੰ ਸਿੱਧੇ ਮੂੰਹ ਕਵਾਇਆ ਨਹੀਂ, ਇਹਦੀ ਕਿਸੇ ਨਾਲ ਬਣੀ ਨਹੀਂ। ਪਰ ਲੋਕੀ ਸਾਨੂੰ ਸਾਡੀਆਂ ਚੰਗਿਆਈਆਂ ਦਾ ਕਰਕੇ ਚੇਤੇ ਕਰਨ, ਸਾਡੀਆਂ ਭਲਾਈਆਂ ਦਾ ਕਰਕੇ ਚੇਤੇ ਕਰਨ। ਔਰ ਮੇਰੀ ਤਾਂ ਮਨ ਦੀ ਤਮੰਨਾ ਇਹ ਹੈ ਕਿ ਜਦੋਂ ਲੋਕੀ ਮੈਨੂੰ ਚੇਤੇ ਕਰਨ ਮੇਰੀ ਮੌਤ ਦੇ ਬਾਅਦ, ਤੇ ਉਹ ਕਹਿਣ ਕਿ ਉਹਦਾ ਵਿਸ਼ਵਾਸ ਰੱਬ ਵਿੱਚ ਬਹੁਤ ਸੀ। ਅਗਰ ਸਾਨੂੰ ਕੋਈ ਜਣਾ ਜਦੋਂ ਚੇਤੇ ਕਰੇ ਤੇ ਸਾਡੀ ਗੱਲ ਦੇ ਨਾਲ ਉਹ ਰੱਬ ਦਾ ਜ਼ਿਕਰ ਕਰੇ ਤੇ ਇਹਦੇ ਨਾਲ ਉਹ ਵੱਡੀ ਬਲੈਸਿੰਗ ਜਿਹੜੀ ਉਹ ਸਾਡੀ ਲਾਈਫ 'ਚ ਹੋ ਨਹੀਂ ਸਕਦੀ ਕਿ ਜਦੋਂ ਕੋਈ ਸਾਡੀ ਮੌਤ ਦੇ ਬਾਅਦ 'ਚ ਸਾਡਾ ਨਾਮ ਲਵੇ ਤੇ ਉਹ ਇਹ ਕਵੇ ਹਾਂਜੀ ਉਹ ਜਿੱਥੇ ਬੈਠਦਾ ਸੀ ਉਹ ਰੱਬ ਦੀ ਗੱਲ ਕਰਦਾ ਸੀ, ਹਾਂਜੀ ਉਹਨੂੰ ਰੱਬ 'ਤੇ ਬਹੁਤ ਭਰੋਸਾ ਸੀ, ਉਹ ਰੱਬ ਦੇ ਕਹਿਣੇ ਦੇ ਵਿੱਚ ਸੀ, ਉਹ ਰੱਬ ਦੀ ਰਜ਼ਾ ਦੇ ਵਿੱਚ ਸੀ, ਉਹਨੂੰ ਰੱਬ ਦੀ ਰਜ਼ਾ ਮਨਜ਼ੂਰ ਸੀ। ਜਦੋਂ ਸਾਡੇ ਨਾਲ ਸਾਡਾ ਜ਼ਿਕਰ ਕੀਤਾ ਜਾਏ ਔਰ ਉਸ ਜ਼ਿਕਰ ਦੇ ਨਾਲ ਫਿਰ ਰੱਬ ਦਾ ਜ਼ਿਕਰ ਕੀਤਾ ਜਾਏ ਤਾਂ ਫਿਰ ਉਹੋ ਜਿਹਾ ਜਿਹੜਾ ਇਨਸਾਨ ਹੈ ਨਾ, ਮੇਰੇ ਖਿਆਲ 'ਚ ਉਹ ਪਰਮੇਸ਼ੁਰ ਦਾ ਮਨ ਭਾਉਂਦਾ ਜਿਹੜਾ ਇਨਸਾਨ ਆ। ਇਸ ਲਈ ਬੀਤਿਆ ਜਿਹੜਾ ਵੇਲਾ ਆ ਉਹ ਹੱਥ ਨਹੀਂ ਆਉਣਾ। ਕਹਿੰਦਾ ਮਨ ਮਰਜ਼ੀ ਨਾ ਕਰ ਤੂੰ ਐਵੇਂ ਅੰਤ ਪਊ ਪਛਤਾਉਣਾ, ਹੁਣ ਮਨ ਮਰਜ਼ੀਆਂ ਕਰਨੀਆਂ ਬੰਦ ਕਰ ਦੇ, ਐਵੇਂ ਅੰਤ ਨੂੰ ਪਛਤਾਉਣਾ ਪਊਗਾ ਜਦੋਂ ਹੱਥ ਗੋਡੇ ਜਿਹੜੇ ਆ ਉਹ ਚੱਲਣੋਂ ਬੰਦ ਹੋ ਗਏ ਤੇ ਮੰਜੇ ਤੇ ਬੈਠਿਆ ਅਸੀਂ ਵੀ ਉਦਾਂ ਹੀ ਨਜ਼ਰ ਆਉਣੇ, ਭਾਵੇਂ ਤੁਸੀਂ ਸਿਵਿਆਂ ਦੇ ਵਿੱਚ ਨਹੀਂ ਬੈਠੇ, ਜਦੋਂ ਬੰਦੇ ਦੀਆਂ ਲੱਤਾਂ ਚੱਲਣੀਆਂ ਹਟ ਜਾਣ, ਮੂੰਹ ਤੋਂ ਸਵਾਦ ਆਉਣੋਂ ਹਟ ਜੇ, ਹੱਥ ਕੰਮ ਕਰਨੋਂ ਹਟ ਜਾਣ, ਤੇ ਭਾਵੇਂ ਮੈਂ ਕਹਿੰਦੀ ਉਹ 70,000 ਵਾਲੇ ਬੈੱਡ ਦੇ ਉੱਤੇ ਬੈਠਾ ਹੋਵੇ ਫਿਰ ਵੀ ਉਹਨੂੰ ਨਾ ਸਿਵੇ ਨਜ਼ਰ ਆਉਂਦੇ ਆ, ਉਹਨੂੰ ਨਜ਼ਰ ਆਉਂਦਾ ਆਪਣਾ ਅਗਲਾ ਜਿਹੜਾ ਆ ਉਹ ਕਿੱਥੇ ਪਹੁੰਚਣ ਵਾਲਾ ਉਹਨੂੰ ਉਹ ਨਜ਼ਰ ਆਉਂਦਾ, ਫਿਰ ਪਛਤਾਇਆ ਕੀ ਕਰੇ। ਜਦ ਚਿੜੀਆ ਚੁੱਗੀ ਖੇਤ, ਜਦੋਂ ਉਹ ਵੇਲਾ ਜਿਸ ਵੇਲੇ ਦੇ ਵਿੱਚ ਅਸੀਂ ਕੰਮ ਕਰਨਾ ਸੀ, ਜਿਸ ਵੇਲੇ 'ਚ ਸਾਨੂੰ ਕੰਮ ਕਰਨ ਲਈ ਪਰਮੇਸ਼ੁਰ ਨੇ ਕਿਹਾ ਸੀ, ਉਸ ਵੇਲੇ ਨੂੰ ਅਸੀਂ ਕੈਸ਼ ਨਹੀਂ ਕੀਤਾ, ਫਿਰ ਅਸੀਂ ਮੰਜੇ 'ਤੇ ਬੈਠ ਕੇ ਕਹੀਏ ਕਿ ਹੇ ਪ੍ਰਭੂ ਮੈਨੂੰ ਚੰਗਿਆ ਕਰ ਮੈਂ ਤੇਰਾ ਕੰਮ ਕਰੂੰ, ਹੇ ਪ੍ਰਭੂ ਮੈਨੂੰ ਚੰਗਿਆ ਕਰ ਮੈਂ ਤੇਰਾ ਕੰਮ ਕਰੂੰ, ਤਾਂ ਫਿਰ ਉਹਨੇ ਪੁੱਛਣਾ ਕਿ ਜਦੋਂ ਪਹਿਲਾਂ ਤੈਨੂੰ ਦਿੱਤਾ ਸੀ ਉਦੋਂ ਕਿੱਥੇ ਸੀ, ਉਦੋਂ ਕਿਉਂ ਨਹੀਂ ਸੀ ਤੂੰ ਕਰਨ ਨੂੰ ਰੈਡੀ। ਤਾਂ ਇਸ ਲਈ ਅਸੀਂ ਇਸ ਸਮੇਂ ਨੂੰ ਜਿਹੜਾ ਆ ਉਹਨੂੰ ਲਾਹੇਵੰਦ ਬਣਾਉਣਾ, ਸਮੇਂ ਨੂੰ ਗਵਾਉਣਾ ਨਹੀਂ, ਕਿਉਂਕਿ ਸਾਡੇ ਲਈ ਬਹੁਤ ਜ਼ਰੂਰੀ ਆ। ਹਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ੁਰ ਦੀ ਇੱਕ ਬੁਲਾਹਟ ਆ, ਹਰ ਮਨੁੱਖ ਦੀ ਜ਼ਿੰਦਗੀ ਦਾ ਇੱਕ ਪਰਪਜ਼ ਆ। ਸੋ ਅਸੀਂ ਉਸ ਪਰਪਜ਼ ਨੂੰ ਸਮਝਣਾ ਆ, ਉਸ ਬੁਲਾਹਟ ਨੂੰ ਅਸੀਂ ਸਮਝਣਾ ਆ, ਇਹ ਹੱਦ ਨਾਲੋਂ ਵੱਧ ਜ਼ਰੂਰੀ ਆ। ਔਰ ਸਾਡੀ ਹਰ ਮੁਮਕਿਨ ਕੋਸ਼ਿਸ਼ ਜਿਹੜੀ ਆ ਉਹ ਇਹੀ ਹੋਣੀ ਚਾਹੀਦੀ ਆ ਕਿ ਅਸੀਂ ਪਰਮੇਸ਼ੁਰ ਦੇ ਦਿੱਤੇ ਹੋਏ ਸਮੇਂ ਦੇ ਵਿੱਚ ਪਰਮੇਸ਼ੁਰ ਜੀ ਦੇ ਸੌਂਪੇ ਹੋਏ ਕੰਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਕਰਕੇ ਜ਼ਿੰਦਗੀ ਦਾ ਜਿਹੜਾ ਮੁਕਤ ਆ ਉਹ ਪਰਮੇਸ਼ੁਰ ਜੀ ਦੇ ਕੋਲੋਂ ਪ੍ਰਾਪਤ ਕਰ ਲਈਏ। ਔਰ ਕਹਿੰਦਾ ਸੱਚਿਆਂ ਦੀ ਮੰਡਲੀ ਨੇ ਇੱਕ ਦਿਨ ਉਡਾਰੀ ਮਾਰ ਜਾਣਾ ਹੈ। ਜਿਹੜੇ ਲੋਕ ਵਚਨ ਦੇ ਅਨੁਸਾਰ ਚੱਲਣਗੇ, ਜਿਹੜੇ ਲੋਕ ਆਪਣਾ ਇਮਾਨ ਪਰਮੇਸ਼ੁਰ ਜੀ ਦੇ ਉੱਤੇ ਰੱਖਣਗੇ, ਜਿਹੜੇ ਲੋਕ ਉਹ ਕੰਮ ਕਰਨੇ ਛੱਡ ਦੇਣਗੇ ਜਿਹੜੇ ਪਰਮੇਸ਼ੁਰ ਜੀ ਨੂੰ ਪਸੰਦ ਨਹੀਂ ਆ, ਤੇ ਜਿਸ ਦਿਨ
ਅੱਖ ਦੀ ਚਮਕ ਦੇ ਨਾਲ ਉਠਾ ਲਏ ਜਾਣਾ ਆ। ਤਾਂ ਬਚਨ ਇੱਦਾਂ ਦੱਸਦਾ ਆ ਵੀ ਉਹਨਾਂ ਨੇ ਜਿਹੜਾ ਉਹ ਆਕਾਸ਼ ਨੂੰ ਚਲਿਆ ਜਾਣਾ ਆ ਤੇ ਕਹਿੰਦਾ ਇੱਕ ਛੱਡ ਦਿੱਤਾ ਜਾਊਗਾ ਤੇ ਇੱਕ ਲੈ ਲਿਆ ਜਾਊਗਾ। ਭਾਵੇਂ ਦੋ ਜਣੇ ਬੈਠੇ ਆ, ਹੋ ਸਕਦਾ ਦੋਵੇਂ ਚਰਚ ਨੂੰ ਜਾਣ ਵਾਲੇ ਹੋਣ, ਹੋ ਸਕਦਾ ਦੋਵੇਂ ਪਾਸਟਰ ਹੋਣ, ਹੋ ਸਕਦਾ ਦੋਵੇਂ ਤੀਵੀਂ ਆਦਮੀ ਹੋਣ, ਹੋ ਸਕਦਾ ਮਾਂ ਪੁੱਤ ਹੋਣ ਜਾਂ ਪਿਓ ਪੁੱਤ ਹੋਣ, ਕਿਸੇ ਵੀ ਤਰੀਕੇ ਦੇ ਨਾਲ ਭਾਵੇਂ ਇੱਕ ਕਰਾਊਡ ਦੇ ਵਿੱਚ ਅਸੀਂ ਬੈਠੇ ਹਾਂ, ਪਰ ਜਦੋਂ ਰੈਪਚਰ ਹੋਣਾ ਆ, ਜਦੋਂ ਉਠਾ ਲਏ ਜਾਣ ਦਾ ਟਾਈਮ ਆਉਣਾ ਆ, ਤਾਂ ਫਿਰ ਇੱਕ ਨੂੰ ਜਿਹਨੇ ਪਰਮੇਸ਼ਵਰ ਦਾ ਵਚਨ ਮੰਨਿਆ ਆ, ਜਿਹਨੇ ਪਰਮੇਸ਼ਵਰ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਜੀ ਆ, ਉਹਨੂੰ ਪਰਮੇਸ਼ਵਰ ਨੇ ਲੈ ਜਾਣਾ ਆ। ਤੇ ਦੂਜੇ ਭਾਵੇਂ ਕਹਿੰਦੇ ਹੋਣ ਮੈਂ ਪਾਸਟਰ ਆ, ਮੈਂ ਅਪੋਸਟਲ ਆ, ਮੈਂ ਨਬੀ ਆ, ਮੈਂ ਵਿਸ਼ਵਾਸੀ ਆ, ਜਾਂ ਮੈਂ ਬਹੁਤ ਦਾਨੀ ਆ, ਮੈਂ ਲੰਗਰ ਲਾਉਣ ਵਾਲਾ ਆ, ਮੈਂ ਤਾਂ ਲੋਕਾਂ ਦੇ ਨਾਲ ਬਹੁਤ ਚੰਗੇ ਕੰਮ ਕਰਨ ਵਾਲਾ ਆ। ਬਟ ਗੋਡ ਨੋਸ ਕਿ ਤੁਹਾਡੇ ਦਿਲ ਦੇ ਅੰਦਰ ਕੀ ਚੱਲਦਾ ਆ। ਪ੍ਰਭੂ ਜੀ ਜਾਣਦੇ ਅਸੀਂ ਕਿਸ ਨੀਤ ਨਾਲ ਕੰਮ ਕਰ ਰਹੇ ਹਾਂ, ਪ੍ਰਭੂ ਜੀ ਜਾਣਦੇ ਸਾਡੀ ਰਿਲੇਸ਼ਨਸ਼ਿਪ ਪਰਮੇਸ਼ਵਰ ਦੇ ਨਾਲ ਕਿੱਦਾਂ ਦੀ ਆ। ਅਸੀਂ ਇਨਸਾਨਾਂ ਦੇ ਨਾਲ ਜਿਹੜੀ ਆ ਰਿਲੇਸ਼ਨਸ਼ਿਪ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਬਟ ਅਸੀਂ ਪਰਮੇਸ਼ਵਰ ਦੇ ਨਾਲ ਜਿਹੜਾ ਰਿਸ਼ਤਾ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕਦੀ ਕਰਦੇ ਨਹੀਂ। ਦੇਖੋ ਹੁਣ ਤੁਸੀਂ ਸੋਚੋ ਕਿ ਬਹੁਤ ਸਾਰੇ ਲੋਕ ਆ ਇਸ ਧਰਤੀ ਦੇ ਉੱਤੇ ਜਿਹੜੇ ਇਸ ਵੇਲੇ ਆਪਣੇ ਪਿਆਰਿਆਂ ਨੂੰ ਚੇਤੇ ਕਰ ਰਹੇ ਹੋਣਗੇ। ਜਿੱਦਾਂ ਫਰਜ਼ ਕਰੋ ਜਿਨ੍ਹਾਂ ਦੇ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਆ, ਜਦੋਂ ਦੇਖਦੇ ਹੋਣਗੇ ਜੀ 1 ਲੱਖ ਪਲੱਸ ਜਿਹੜੇ ਆ, 1 ਲੱਖ ਤੋਂ ਵੱਧ ਜਿਹੜੀ ਗਿਣਤੀ ਆ ਉਹ ਅਮਰੀਕਾ ਦੇ ਵਿੱਚ ਜਿਹੜੇ ਇਸ ਵਾਇਰਸ ਦੇ ਨਾਲ ਲੋਕ ਬਿਮਾਰ ਹੋਏ ਆ ਵਿਚਾਰੇ, ਉਹਨਾਂ ਦੀ ਹੋ ਗਈ ਆ। ਤਾਂ ਜਿਹੜੇ ਜਿਨ੍ਹਾਂ ਦੇ ਰਿਸ਼ਤੇਦਾਰ ਇੰਡੀਆ ਵਿੱਚੋਂ ਬਾਰ ਬਾਰ ਫੋਨ ਕਰਕੇ ਪੁੱਛਦੇ ਹੋਣੇ, ਹਾਂਜੀ ਤੁਸੀਂ ਠੀਕ ਆ, ਤੁਸੀਂ ਬਚੇ ਆ, ਤੁਹਾਡੇ ਆਂਢ ਗੁਆਂਢ 'ਤੇ ਨਹੀਂ ਕੋਈ ਪ੍ਰੋਬਲਮ। ਔਰ ਜਿੱਥੇ ਜਿੱਥੇ ਕਿਸੇ ਦੀ ਅਟੈਚਮੈਂਟ ਆ ਉਹਨੂੰ ਉਹਦਾ ਚੇਤਾ ਆਉਂਦਾ ਹੋਣਾ ਹੈ। ਬਹੁਤ ਸਾਰੇ ਲੋਕ ਆ ਉਹ ਉਹਨਾਂ ਨੂੰ ਤਾਂ ਚੇਤੇ ਕਰਦੇ ਆ ਜਿਹਨਾਂ ਨੂੰ ਉਹਨਾਂ ਨੇ ਮਨ 'ਚ ਵਸਾਇਆ ਹੈ। ਤੇ ਮੈਂ ਕਹਿੰਦੀ ਜਿਹੜੇ ਲੋਕੀ ਇਸ ਵੇਲੇ ਪਰਮੇਸ਼ੁਰ ਨੂੰ ਨਹੀਂ ਚੇਤੇ ਕਰ ਰਹੇ, ਸਿਰਫ ਮਨੁੱਖਾਂ ਨੂੰ ਹੀ ਚੇਤੇ ਕਰ ਰਹੇ ਆ, ਇੱਥੋਂ ਪਤਾ ਲੱਗਦਾ ਕਿ ਉਹਨਾਂ ਦੇ ਮਨ ਵਿੱਚ ਪਰਮੇਸ਼ੁਰ ਨਹੀਂ ਵੱਸਦਾ। ਕਿਉਂਕਿ ਅਸੀਂ ਉਹਨੂੰ ਚੇਤੇ ਕਰਦੇ ਹਾਂ, ਉਹਦੇ ਨਾਲ ਅਸੀਂ ਗੱਲਬਾਤ ਕਰਨ ਨੂੰ ਤਤਪਰ ਰਹਿੰਦੇ ਹਾਂ, ਜਿਹਦੇ ਨਾਲ ਸਾਡਾ ਰਿਸ਼ਤਾ ਜਿਹੜਾ ਆ ਨੇੜੇ ਦਾ ਆ। ਕਈ ਰਿਸ਼ਤੇ ਸਾਡੇ ਬਹੁਤ ਨੇੜੇ ਦੇ ਹੁੰਦੇ ਆ ਪਰ ਸਾਡੀ ਉਹਨਾਂ ਨਾਲ ਬਣਦੀ ਨਹੀਂ, ਅਸੀਂ ਉਹਨਾਂ ਨੂੰ ਚੇਤੇ ਨਹੀਂ ਕਰਦੇ। ਪਰ ਕਈ ਰਿਸ਼ਤੇ ਸਾਡੇ ਬਹੁਤ ਦੂਰ ਦੇ ਹੁੰਦੇ ਆ, ਅਸੀਂ ਉਹਨਾਂ ਨੂੰ ਮਨ ਦੇ ਵਿੱਚ ਵਸਾਇਆ ਹੁੰਦਾ ਪਰ ਅਸੀਂ ਉਹਨਾਂ ਨਾਲ ਬਹੁਤ ਇਨ ਟੱਚ ਰਹਿੰਦੇ ਹਾਂ। ਸੇਮ ਵੇ ਦੇ ਨਾਲ ਮਨੁੱਖ ਚੱਲਦਾ ਆ, ਜਿਹਨਾਂ ਲੋਕਾਂ ਨੇ ਪਰਮੇਸ਼ੁਰ ਨੂੰ ਮਨ ਦੇ ਵਿੱਚ ਵਸਾਇਆ ਆ ਉਹ ਤਾਂ ਆਲ ਦਾ ਟਾਈਮ ਪਰਮੇਸ਼ੁਰ ਦੇ ਨਾਲ ਬਣੇ ਰਹਿੰਦੇ ਆ, ਪਰ ਜਿਹਨਾਂ ਲੋਕਾਂ ਨੇ ਪਰਮੇਸ਼ੁਰ ਨੂੰ ਮਨ 'ਚ ਹੀ ਨਹੀਂ ਵਸਾਇਆ ਤੇ ਉਹ ਫਿਰ ਪਰਮੇਸ਼ੁਰ ਨੂੰ ਚੇਤੇ ਹੀ ਨਹੀਂ ਕਰਦੇ। ਔਰ ਇੱਕ ਖਾਸ ਚੀਜ਼ ਜਿਹੜੀ ਮੈਂ ਅੱਜ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਇਹ ਆ ਕਿ ਬਹੁਤ ਸਾਰੇ ਲੋਕਾਂ ਦੀ ਇੱਕ ਪ੍ਰੋਬਲਮ ਆ, ਜਿਹੜੇ ਮੈਨੂੰ ਈਮੇਲਸ ਦੇ ਰਾਹੀਂ ਲੋਕ ਜਿਹੜੇ ਆ ਉਹ ਪੁੱਛਦੇ ਆ ਸਵਾਲ, ਐਂਡ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਈ ਵੀ ਫੋਨ ਕਾਲ 'ਤੇ ਜਾਂ ਚਰਚ ਦੇ ਵਿੱਚ ਵੀ ਬਹੁਤ ਸਾਰੇ ਤੁਹਾਡੇ ਵਿੱਚ ਵੀ ਬਹੁਤ ਹੋਣਗੇ ਜਿਨ੍ਹਾਂ ਦਾ ਇਹ ਕੁਸ਼ਚਨ ਹੋਊਗਾ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਉਦੋਂ ਸਾਡੇ ਮਨ ਦੇ ਵਿੱਚ ਬੜੇ ਅਜੀਬ ਵਿਚਾਰ ਆਉਂਦੇ, ਬੜੇ ਭਿਆਨਕ ਵਿਚਾਰ ਜਿਹੜੇ ਆ ਉਸ ਸਮੇਂ ਦੇ ਵਿੱਚ ਆਉਂਦੇ ਆ, ਤਾਂ ਇਹ ਕਿਉਂ ਆਉਂਦੇ ਆ? ਕੁਛ ਲੋਕਾਂ ਨੂੰ ਤਾਂ ਨੀਂਦ ਆਉਂਦੀ ਆ, ਪਰ ਕੁਛ ਲੋਕ ਇੱਦਾਂ ਕਹਿੰਦੇ ਕਿ ਉਸ ਵੇਲੇ ਸਾਡਾ ਜਿਹੜਾ ਮਨ ਆ ਉਹ ਇਕਾਗਰ ਨਹੀਂ ਹੁੰਦਾ, ਪਰ ਸਾਡੇ ਮਨ ਦੇ ਵਿੱਚ ਬੁਰੇ ਬੁਰੇ ਵਿਚਾਰ ਆਉਂਦੇ ਆ। ਪਰ ਉਹ ਚੀਜ਼ਾਂ ਆਉਂਦੀਆਂ ਆ ਜਿਹੜੀਆਂ ਅਸੀਂ ਉਸ ਵੇਲੇ ਚੇਤੇ ਨਹੀਂ ਕਰਨਾ ਚਾਹੁੰਦੇ, ਜਿਹਨਾਂ ਚੀਜ਼ਾਂ 'ਚੋਂ ਅਸੀਂ ਬਾਹਰ ਨਿਕਲਣਾ ਚਾਹੁੰਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਹਾਂ, ਉਦੋਂ ਉਹ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਅੱਗੇ ਡਿਸਪਲੇ ਦੇ ਉੱਤੇ, ਜਿਹੜਾ ਸਾਡਾ ਸਿਸਟਮ ਆ ਨਾ ਉਹ ਐਜ਼ ਲਾਈਕ ਕੰਪਿਊਟਰ ਆ, ਕੰਪਿਊਟਰ ਦੇ ਵਾਂਗ ਚੱਲਦਾ ਆ। ਔਰ ਜਦੋਂ ਤੁਸੀਂ ਦੇਖੋ, ਤੁਸੀਂ ਐਕਸਪੀਰੀਅੰਸ ਕਰਕੇ ਦੇਖਿਓ ਕਿ ਫਰਜ਼ ਕਰੋ ਤੁਸੀਂ ਕੋਈ ਗੱਲ ਕਰਨ ਡਏ ਆ ਪਰ ਤੁਹਾਨੂੰ ਕਿਸੇ ਮਨੁੱਖ ਦਾ ਨਾਮ ਭੁੱਲ ਗਿਆ, ਤਾਂ ਤੁਸੀਂ ਕਹਿੰਦੇ ਉਹ ਭਲਾ ਜਿਹਾ ਹੀ ਨਾਮ ਸੀ, ਉਹ ਨਿੱਕਾ ਜਿਹਾ ਨਾਮ ਸੀ, ਉਹ ਇੱਦਾਂ ਦਾ ਨਾਮ ਸੀ, ਪਰ ਤੁਹਾਨੂੰ ਉਹ ਜਿਹੜਾ ਨਾਮ ਆ ਉਹ ਤੁਹਾਨੂੰ ਚੇਤੇ ਨਹੀਂ ਆ ਰਿਹਾ ਕਿ ਕਿਹੜਾ ਆ। ਤਾਂ ਤੁਸੀਂ ਬਸ ਉਸ ਵੇਲੇ ਉਹ ਗੱਲ ਨੂੰ ਜਿੱਦਾਂ ਕਿੱਦਾਂ ਵੀ ਉਸ ਗੱਲ ਨੂੰ ਜਿਹੜਾ ਆ ਉਹ ਚਲਾ ਲਿਆ ਕੰਮ ਨੂੰ, ਪਰ ਅਚਾਨਕ ਹੀ ਤੁਸੀਂ ਰਸੋਈ ਵਿੱਚ ਹੋ ਸਕਦਾ ਰੋਟੀ ਪਕਾ ਰਹੇ ਹੋਵੋ, ਹੋ ਸਕਦਾ ਤੁਸੀਂ ਸ਼ਾਵਰ ਰੂਮ ਦੇ ਵਿੱਚ ਨਹਾ ਹੀ ਰਹੇ ਹੋਵੋ ਤੇ ਅਚਾਨਕ ਤੁਹਾਨੂੰ ਨਾਮ ਚੇਤੇ ਆ ਜਾਂਦਾ, ਉਹ ਅੱਛਾ ਇਹ ਉਹ ਨਾਂ ਸੀ ਮੈਨੂੰ ਉਦੋਂ ਜਿਹੜਾ ਚੇਤੇ ਨਹੀਂ ਸੀ ਆਉਂਦਾ। ਤਾਂ ਕੀ ਹੈ ਕਿ ਤੁਸੀਂ ਇੱਕ ਕਮਾਂਡ ਲਗਾ ਦਿੱਤੀ ਆਪਣੇ ਸਿਸਟਮ ਨੂੰ, ਇੱਕ ਕੰਪਿਊਟਰ ਸਿਸਟਮ ਨੂੰ ਜਿਹੜਾ ਤੁਹਾਡੇ ਅੰਦਰ ਚੱਲ ਰਿਹਾ ਆ, ਕਿ ਉਹ ਨਾਮ ਤੇ ਉਹ ਸਾਰਾ ਹੀ ਸਿਸਟਮ ਉਸ ਨਾਮ ਨੂੰ ਜਿਹੜਾ ਆ ਲੱਭਣ ਵਿੱਚ ਲੱਗ ਜਾਂਦਾ, ਸਾਰਾ ਸਿਸਟਮ ਚੱਲ ਰਿਹਾ, ਫਾਈਲਾਂ ਉੱਪਰ ਨੀਚੇ ਜਾ ਰਹੀਆਂ ਕਿ ਉਹ ਨਾਮ ਕਿੱਥੇ ਪਿਆ, ਤੇ ਅਚਾਨਕ ਜਦੋਂ ਹੀ ਉਹ ਨਾਮ ਡਿਸਪਲੇ ਦੇ ਉੱਤੇ ਆਇਆ ਤੇ ਉਹ ਇੱਕਦਮ ਜਿਹੜਾ ਬਰੋਡ ਐਂਡ ਵਾਈਡ ਤਰੀਕੇ ਦੇ ਨਾਲ ਜਿਹੜਾ ਉਹ ਡਿਸਪਲੇ ਦੇ ਉੱਤੇ ਆਇਆ ਤੇ ਤੁਸੀਂ ਕਿਹਾ ਹਾਂ ਇਹ ਤਾਂ ਉਹੀ ਨਾਮ ਸੀਗਾ, ਉਦੋਂ ਮੈਨੂੰ ਚੇਤਾ ਨਹੀਂ ਆਇਆ ਹੁਣ ਆ ਗਿਆ, ਕਿਉਂਕਿ ਸਾਰਾ ਸਿਸਟਮ ਜਿਹੜਾ ਆ ਉਸੇ ਹੀ ਕੰਮ ਦੇ ਵਿੱਚ ਲੱਗਾ ਹੋਇਆ ਸੀ। ਠੀਕ ਇਸੇ ਹੀ ਤਰ੍ਹਾਂ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਹਾਂ
ਬਹੁਤ ਵਾਰੀ ਅਸੀਂ ਜਿਹੜੇ ਆ ਅਸੀਂ ਪਰਮੇਸ਼ੁਰ ਦੇ ਨੇੜੇ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਜਦੋਂ ਪਰਮੇਸ਼ੁਰ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਦੋਂ ਬੜੀਆਂ ਚੀਜ਼ਾਂ ਜਿਹੜੀਆਂ ਆ ਉਹ ਘਸਮੈਣ ਪਾ ਲੈਂਦੀਆਂ ਆਪਸ ਦੇ ਵਿੱਚ ਆਣ ਕੇ। ਫਰਜ਼ ਕਰੋ ਕਿ ਮੈਂ ਪ੍ਰਾਰਥਨਾ ਕਰ ਰਹੀ ਹਾਂ ਤੇ ਮੇਰਾ ਜਿਹੜਾ ਇੰਟਰਸਟ ਆ ਉਹ ਬਹੁਤ ਸੂਟਾਂ ਦੇ ਵਿੱਚ ਹੋਵੇ, ਤਾਂ ਜਦੋਂ ਮੈਂ ਪ੍ਰਾਰਥਨਾ ਕਰਨ ਬੈਠਣਾ ਤੇ ਮੈਨੂੰ ਲੱਗਣਾ ਕਿ ਨੀਲੇ ਦੇ ਨਾਲ ਚਿੱਟਾ ਰੰਗ ਬਹੁਤ ਮੈਚ ਕਰਦਾ ਆ, ਲਾਲ ਦੇ ਨਾਲ ਹਰਾ ਰੰਗ ਬਹੁਤ ਮੈਚ ਕਰਦਾ ਆ, ਤਾਂ ਮੈਂ ਕਰਨੀ ਪ੍ਰਾਰਥਨਾ ਪਰ ਮੇਰਾ ਜਿਹੜਾ ਦਿਮਾਗ ਆ ਉਹ ਕੰਬੀਨੇਸ਼ਨ ਬਣਾ ਰਿਹਾ ਡਰੈਸਿਸ ਦੇ ਲਈ। ਸੋ ਇਸੇ ਤਰ੍ਹਾਂ ਕਿਸੇ ਹੋਰ ਮਨੁੱਖ ਦਾ ਦਿਮਾਗ ਕੋਠੀ ਬਣਾ ਸਕਦਾ ਆ, ਹੋਰ ਕਿਸੇ ਮਨੁੱਖ ਦਾ ਦਿਮਾਗ ਆਪਣੇ ਗੁਆਂਢੀ ਦੇ ਲਈ ਕੋਈ ਵਿਉਂਤ ਬਣਾ ਸਕਦਾ, ਕਿਸੇ ਮਨੁੱਖ ਦਾ ਦਿਮਾਗ ਜਿਹੜਾ ਉਹ ਡਿਫਰੈਂਟ ਤਰੀਕੇ ਦੇ ਨਾਲ ਕੰਮ ਕਰ ਸਕਦਾ ਆ, ਪਰ ਉਹ ਉਸ ਵੇਲੇ ਜਿਸ ਵੇਲੇ ਅਸੀਂ ਪ੍ਰਾਰਥਨਾ ਕਰਨ ਬੈਠਦੇ ਹਾਂ ਆਪਾਂ ਉਸ ਵੇਲੇ ਦੀ ਗੱਲ ਜਿਹੜੀ ਆ ਕਰ ਰਹੇ ਹਾਂ। ਔਰ ਸਵਾਲ ਇਹ ਹੈ ਕਿ ਇੱਦਾਂ ਕਿਉਂ ਹੁੰਦਾ ਹੈ? ਉਹ ਇਸ ਲਈ ਹੁੰਦਾ ਆ ਕਿ ਜਦੋਂ ਅਸੀਂ ਆਪਣੇ ਪ੍ਰਾਰਥਨਾ ਕਰਨ ਦਾ ਮਤਲਬ ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਦੇ ਹਾਂ, ਅਸੀਂ ਕਿਉਂਕਿ ਅਸੀਂ ਆਪਣੇ ਅੰਦਰ ਦੇ ਨਾਲ ਜੁੜ ਰਹੇ ਹਾਂ, ਇੱਕ ਪਰਮੇਸ਼ੁਰ ਦੀ ਤਲਾਸ਼ ਕਰ ਰਹੇ ਹਾਂ ਜਿਹੜਾ ਸਾਡੇ ਅੰਦਰ ਆਉਣਾ ਚਾਹੁੰਦਾ ਜਾਂ ਜਿਹੜਾ ਸਾਡੇ ਅੰਦਰ ਆ ਪਰ ਸਾਨੂੰ ਨਜ਼ਰ ਨਹੀਂ ਆ ਰਿਹਾ। ਸੋ ਅਸੀਂ ਜਦੋਂ ਉਹਦੀ ਤਲਾਸ਼ ਕਰਨ ਲਈ ਅੰਤਰਮੁਖੀ ਹੁੰਦੇ, ਜਦੋਂ ਅਸੀਂ ਅੰਦਰ ਨੂੰ ਝਾਤੀ ਮਾਰਦੇ ਹਾਂ ਤੇ ਜੋ ਸਿਸਟਮ ਸਾਡੇ ਅੰਦਰ ਚੱਲ ਰਿਹਾ ਆ, ਜਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਫਸੇ ਹਾਂ, ਉਹ ਸਾਨੂੰ ਪਰਮੇਸ਼ੁਰ ਹੀ ਸਾਨੂੰ ਦਿਖਾ ਰਹੇ ਹੁੰਦੇ ਕਿ ਤੂੰ ਇਹਨਾਂ ਝਮੇਲਿਆਂ 'ਚ ਫਸਿਆ ਹੈ, ਆਹ ਚੀਜ਼ਾਂ ਜਿਹੜੀਆਂ ਆ ਇਹਨਾਂ ਵਿੱਚ ਤੇਰਾ ਇੰਟਰਸਟ ਜ਼ਿਆਦਾ ਆ, ਇਹਨਾਂ ਚੀਜ਼ਾਂ ਦੇ ਨਾਲ ਤੂੰ ਜੁੜਿਆ ਹੋਇਆ ਆ। ਫਿਰ ਜਦੋਂ ਤੁਹਾਨੂੰ ਉਹ ਚੀਜ਼ਾਂ ਤੁਹਾਡੇ ਅੱਗੇ ਆਉਣ, ਉਸ ਵੇਲੇ ਪ੍ਰਾਰਥਨਾ ਕਰਕੇ ਉਹਨਾਂ ਚੀਜ਼ਾਂ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਕਿ ਮੈਂ ਯਿਸੂ ਮਸੀਹ ਦੇ ਨਾਮ 'ਚ ਇਹਨਾਂ ਨੂੰ ਬਾਹਰ ਕੱਢਦਾ ਹਾਂ, ਇਹ ਜਿਹੜੀ ਸੂਟਾਂ ਦੀ ਮੈਚਿੰਗ ਮੈਨੂੰ ਬਹੁਤ ਡਿਸਟਰਬ ਕਰਦੀ, ਇਹਦਾ ਮਤਲਬ ਕਿ ਸਾਰਾ ਦਿਨ ਮੇਰੇ ਦਿਮਾਗ 'ਚ ਇਹ ਸੂਟਾਂ ਦੀ ਮੈਚਿੰਗ ਹੀ ਚੱਲਦੀ ਰਹਿੰਦੀ ਆ, ਮੈਂ ਯਿਸੂ ਮਸੀਹ ਦੇ ਨਾਮ 'ਚੋਂ ਬਾਹਰ ਨਿਕਲਦਾ, ਮੈਂ ਇਸ ਟੈਂਪਟੇਸ਼ਨ 'ਚੋਂ ਬਾਹਰ ਆਉਣਾ। ਓਕੇ, ਦੂਜਾ ਬੰਦਾ ਉਹਦਾ ਦਿਮਾਗ ਜਦੋਂ ਪ੍ਰਾਰਥਨਾ ਕਰਦਾ ਤੇ ਕੋਠੀ ਬਣਾ ਰਿਹਾ ਆ, ਤਾਂ ਉਹ ਕਹਿੰਦਾ ਕਿ ਮੈਂ ਸਾਰਾ ਦਿਨ ਕੋਠੀ ਬਣਾਉਂਦਾ ਰਹਿੰਦਾ ਆ, ਅਰ ਮੈਂ ਜਦੋਂ ਪ੍ਰਾਰਥਨਾ ਕਰ ਰਿਹਾ ਤੇ ਮੇਰਾ ਜਿਹੜਾ ਅੰਦਰ ਆ ਮੇਰਾ ਮਨ ਮੈਨੂੰ ਦਰਸਾ ਰਿਹਾ ਕਿ ਤੇਰਾ ਮਨ ਕਿੱਥੇ ਜੁੜਿਆ ਹੋਇਆ ਹੈ। ਉਸ ਵੇਲੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਇੱਕ ਪਰਮੇਸ਼ੁਰ ਦਾ ਆਤਮਾ ਜਿਹੜਾ ਸਾਨੂੰ ਦਿਖਾ ਰਿਹਾ ਕਿ ਤੁਸੀਂ ਕਿੱਥੇ ਜੁੜੇ ਹੋ, ਤੁਸੀਂ ਕਿੱਥੇ ਫਸੇ ਹੋਏ ਹੋ, ਕਿੱਥੋਂ ਤੁਹਾਨੂੰ ਨਿਕਲਣ ਦੀ ਜ਼ਰੂਰਤ ਆ, ਤਾਂ ਉਸ ਸਮੇਂ ਇਹ ਸਾਰਾ ਹੀ ਸਿਸਟਮ ਜਿਹੜਾ ਚੱਲ ਰਿਹਾ ਇਹਨਾਂ ਚੀਜ਼ਾਂ ਨੂੰ ਸਾਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ। ਇਹਨਾਂ ਚੀਜ਼ਾਂ ਦੇ ਵਿੱਚੋਂ ਫਿਰ ਸਾਨੂੰ ਉਹ ਚੀਜ਼ਾਂ ਜਿਹੜੀਆਂ ਆ ਉਹਨਾਂ ਵਿੱਚੋਂ ਬਾਹਰ ਨਿਕਲਣ ਦੀ ਜ਼ਰੂਰਤ ਆ। ਔਰ ਜਦੋਂ ਅਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲ ਆਵਾਂਗੇ, ਉਸ ਦਿਨ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਤੁਹਾਡਾ ਜਿਹੜਾ ਮਨ ਆ ਨਾ ਉਹ ਡਾਇਰੈਕਟ ਪਰਮੇਸ਼ੁਰ ਦੇ ਨਾਲ ਲਿੰਕਅਪ ਹੋ ਜਾਏਗਾ, ਉਹ ਫਿਰ ਤੁਹਾਡਾ ਕਨੈਕਸ਼ਨ ਜੁੜ ਜੂਗਾ ਪਰਮੇਸ਼ੁਰ ਦੇ ਨਾਲ, ਅਤੇ ਫਸਟ ਰਿੰਗ ਦੇ ਉੱਤੇ ਹੀ ਤੁਹਾਡੀ ਜਿਹੜੀ ਗੱਲ ਆ ਉਹ ਪਰਮੇਸ਼ੁਰ ਦੇ ਨਾਲ ਹੋ ਜਾਣੀ। ਸੋ ਬਹੁਤ ਜ਼ਰੂਰੀ ਆ। ਮੈਂ ਵੀ ਪ੍ਰਾਰਥਨਾ ਕਰਦੀ ਸੀ ਇਸ ਚੀਜ਼ ਦੇ ਲਈ ਕਿ ਪ੍ਰਭੂ ਜੀ ਬਹੁਤ ਸਾਰੇ ਲੋਕ ਆ, ਕਿਉਂਕਿ ਮੇਰਾ ਖੁਦ ਦਾ ਐਕਸਪੀਰੀਅੰਸ ਆ ਇਨ ਦਾ ਜੋ ਬਿਗਨਿੰਗ ਸੀਗੀ, ਜਦੋਂ ਮੇਰੀ ਲਾਈਫ ਦੀ ਸਪਿਰਚੁਅਲ ਬਿਗਨਿੰਗ ਸੀਗੀ, ਤਾਂ ਜਦੋਂ ਮੈਂ ਪ੍ਰਾਰਥਨਾ ਕਰਦੀ ਤਾਂ ਡਿਫਰੈਂਟ ਚੀਜ਼ਾਂ ਜਿਹੜੀਆਂ ਆ ਉਹ ਮੇਰੇ ਮਾਇੰਡ ਦੇ ਵਿੱਚ ਜਿਹੜੀਆਂ ਆ ਕਿ ਘਰ ਦੀ ਸੈਟਿੰਗ ਇੱਧਰ ਨੂੰ ਹੋਣੀ ਚਾਹੀਦੀ ਆ, ਡਾਇਨਿੰਗ ਟੇਬਲ ਇੱਥੇ ਲੱਗਾ ਹੋਣਾ ਚਾਹੀਦਾ, ਬੈੱਡ ਇੱਥੇ ਲੱਗਾ ਹੋਣਾ ਚਾਹੀਦਾ, ਕਰਨ ਮੈਂ ਪ੍ਰਾਰਥਨਾ ਦੇਈ ਆ, ਮਨ ਮੇਰਾ ਜਿਹੜਾ ਉਹ ਪੂਰੇ ਘਰ ਦੀ ਜਿਹੜੀ ਆ ਇੰਟੀਰੀਅਰ ਕਰ ਰਿਹਾ ਆ, ਤਾਂ ਉਹ 'ਚ ਉਹ ਮੈਂ ਇਸ ਚੀਜ਼ ਦੇ ਵਿੱਚੋਂ ਨਿਕਲਣ ਨੂੰ ਕਿ ਜਦੋਂ ਮੇਰੇ ਮਨ ਦੇ ਵਿੱਚ ਆਉਣਾ ਨਹੀਂ ਯਿਸੂ ਮਸੀਹ ਦੇ ਨਾਮ 'ਚ ਮੈਂ ਇਹਦੇ 'ਚੋਂ ਬਾਹਰ ਆਉਣੀ ਹਾਂ, ਮੈਂ ਤਾਂ ਪ੍ਰਾਰਥਨਾ ਕਰਨ ਬੈਠੀ ਹਾਂ। ਐਕਚੁਅਲੀ ਜਦੋਂ ਅਸੀਂ ਪ੍ਰਾਰਥਨਾ ਕਰਨ ਬੈਠਦੇ ਅਸੀਂ ਇੱਕ ਆਤਮਕ ਜੰਗ ਦੇ ਵਿੱਚ ਹੁੰਦੇ ਹਾਂ, ਅਸੀਂ ਉਸ ਜੰਗ ਨੂੰ ਜਿੱਤਣਾ ਆ, ਕਿਉਂਕਿ ਵਚਨ ਦੇ ਵਿੱਚ ਲਿਖਿਆ ਸਾਡੀ ਜਿਹੜੀ ਲੜਾਈ ਆ ਉਹ ਲਹੂ ਤੇ ਮਾਸ ਦੇ ਨਾਲ ਨਹੀਂ ਆ ਪਰ ਅੰਧਕੋਰ ਦੇ ਰਾਜੇ ਜਿਹੜੇ ਆ ਉਹਨਾਂ ਦੇ ਨਾਲ ਆ। ਇੱਕ ਆਤਮਕ ਲੜਾਈ ਆ ਜਿਹੜੀ ਹਨੇਰੇ ਤੇ ਚਾਨਣ ਦੀ ਲੜਾਈ, ਅਸੀਂ ਚਾਨਣ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਨੇਰਾ ਸਾਡੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ, ਉਹ ਸਾਨੂੰ ਨਿਕਲਣ ਤੋਂ ਰੋਕਦਾ ਆ, ਕਿਉਂਕਿ ਦੇਖੋ ਜਿਹੜਾ ਘਰ ਆ ਉਹ ਹਨੇਰਾ ਨਹੀਂ ਆ, ਜਿਹੜੇ ਸੂਟ ਆ ਉਹ ਹਨੇਰਾ ਨਹੀਂ ਆ, ਜੋ ਵੀ ਤੁਹਾਡੇ ਬੱਚੇ ਆ ਉਹ ਹਨੇਰਾ ਨਹੀਂ ਆ, ਤੁਹਾਡੇ ਗੁਆਂਢੀ ਉਹ ਹਨੇਰਾ ਨਹੀਂ ਆ, ਬਟ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਸਾਰੀਆਂ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਆ। ਇਹਦਾ ਮਤਲਬ ਇਹਨਾਂ ਚੀਜ਼ਾਂ ਨੂੰ ਹਨੇਰਾ ਯੂਜ਼ ਕਰ ਰਿਹਾ ਆ ਸਾਨੂੰ ਇੱਕ ਟ੍ਰੈਪ ਬਣਾ ਕੇ ਉਹਦੇ ਵਿੱਚ ਫਸਾਉਣ ਦੇ ਲਈ, ਇੱਕ ਜਾਲ ਬੁਣਿਆ ਆ ਹਨੇਰੇ ਨੇ ਇਹਨਾਂ ਚੀਜ਼ਾਂ ਦਾ, ਬੱਚਿਆਂ ਦਾ ਜਾਲ, ਘਰ ਦਾ ਜਾਲ, ਆਪਣੀ ਡਿਊਟੀ ਦਾ ਜਾਲ, ਔਰ ਉਹ ਸਾਰੀਆਂ ਚੀਜ਼ਾਂ ਦੇ ਸੰਘਣੇ ਸੰਘਣੇ ਤਣੇ ਉਹਨੇ ਜਿਹੜੇ ਆ ਜੋੜ ਕੇ ਧਾਗੇ ਗੰਢਾ ਦੇ ਕੇ ਫਿਰ ਉਹ ਜਾਲ ਨੂੰ ਸਾਡੇ ਉੱਤੇ ਸਿੱਟਿਆ ਆ, ਉਸ ਜਾਲ ਦੇ ਵਿੱਚ ਸਾਨੂੰ ਫਸਾ ਕੇ ਜਿਹੜਾ ਆ ਉਹ ਟੰਗਣਾ ਚਾਹੁੰਦਾ ਆ ਕਿਸੇ ਪਾਸੇ, ਜਾਂ ਇੱਦਾਂ ਕਹਿ ਲਓ ਕਿ ਅੱਗ 'ਚ ਸਿੱਟਣਾ ਚਾਹੁੰਦਾ ਆ ਸਾਨੂੰ, ਤਾਂ ਅਸੀਂ ਉਸ ਇੱਕ ਇੱਕ ਧਾਗੇ ਨੂੰ ਤੋੜ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ, ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਸਭ ਕੁਛ ਕਰ ਸਕਦਾ ਹਾਂ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਅਤੇ ਜ਼ੋਰ ਬਖਸ਼ਦਾ ਆ, ਤਾਂ ਅਸੀਂ ਯਿਸੂ ਮਸੀਹ ਦੇ ਸਾਮਰਥ ਦੇ ਨਾਲ ਪਰਮੇਸ਼ੁਰ ਜੀ ਦੀ ਕਿਰਪਾ ਦੇ ਨਾਲ ਪਰਮੇਸ਼ੁਰ ਦੇ ਜ਼ੋਰ ਦੇ ਨਾਲ ਅਸੀਂ ਉਹਦੇ ਇੱਕ ਇੱਕ ਧਾਗੇ ਨੂੰ ਤੋੜਨਾ ਆ
ਔਰ ਉਸ ਜਾਲ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਹੈ। ਉਹਦਾ ਮਤਲਬ ਇਹ ਨਹੀਂ ਕਿ ਅਸੀਂ ਘਰ ਨੂੰ ਛੱਡ ਦੇਣਾ ਆ, ਉਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਛੱਡ ਦੇਣਾ ਜਾਂ ਕੰਮ ਕਾਰ ਕਰਨਾ ਛੱਡ ਦੇਣਾ ਜਾਂ ਆਪਣੇ ਗੁਆਂਢੀਆਂ ਦੇ ਨਾਲ ਬੋਲ ਚਾਲ ਛੱਡ ਕੇ ਅਸੀਂ ਤਾਂ ਜੀ ਸਿਰ 'ਚ ਸਵਾਹ ਪਾ ਕੇ ਬਹਿ ਜਾਣਾ ਆ ਅਤੇ ਫਿਰ ਅਸੀਂ ਕਹੀ ਜਾਣਾ ਯਸੂ 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 ਯਸੂ। ਨੋ, ਇਹ ਉਹ ਗੇਮ ਨਹੀਂ ਆ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਦੇ ਉੱਤੇ ਫਤਿਹ ਪ੍ਰਾਪਤ ਕਰਨੀ ਹੈ। ਬੱਚੇ ਬੱਚਿਆਂ ਦੀ ਥਾਂ 'ਤੇ, ਕੰਮ ਕੰਮ ਦੀ ਥਾਂ 'ਤੇ, ਘਰ ਘਰ ਦੀ ਥਾਂ 'ਤੇ, ਪਰ ਰੱਬ ਸਭ ਤੋਂ ਉੱਪਰ, ਪਰਮੇਸ਼ਵਰ ਸਭ ਤੋਂ ਟੋਪ 'ਤੇ। ਸੋ ਜਿਹੜਾ ਵੀ ਕੰਮ ਕਰਨਾ ਉਹਦੇ ਵਿੱਚ ਅਸੀਂ ਪਰਮੇਸ਼ਵਰ ਦੀ ਲੀਡਿੰਗ ਮੰਗਣੀ ਹੈ ਕਿ ਪ੍ਰਭੂ ਸਾਡੀ ਅਗਵਾਈ ਕਰੋ, ਸਾਨੂੰ ਲੀਡ ਕਰੋ, ਪਵਿੱਤਰ ਆਤਮਾ ਦੇ ਵਸੀਲੇ ਸਾਨੂੰ ਲੀਡ ਕਰੋ। ਕਿਉਂਕਿ ਬਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਜੀ ਨੇ ਜਦੋਂ ਕਿਹਾ ਕਿ ਮੈਂ ਜਾਣਾ ਤਾਂ ਉਹਨੇ ਕਿਹਾ ਮੈਂ ਤੁਹਾਡੇ ਲਈ ਇੱਕ ਸਹਾਇਕ ਭੇਜਾਂਗਾ ਜਿਹੜਾ ਹਰ ਕੰਮ ਦੇ ਵਿੱਚ ਤੁਹਾਡੀ ਅਗਵਾਈ ਕਰੇਗਾ, ਹਰ ਕੰਮ 'ਚ ਤੁਹਾਡੀ ਮਦਦ ਕਰੇਗਾ, ਉਹ ਸਹਾਇਕ ਆ। ਸੋ ਜਿੱਥੇ ਕਨਫਿਊਜ਼ਨ ਆਉਂਦੀ ਹੈ ਉੱਥੇ ਹੀ ਆਪਣੇ ਸਹਾਇਕ ਨੂੰ ਕਹੋ ਕਿ ਮੇਰੀ ਹੈਲਪ ਕਰ, ਮੇਰੇ ਡਿਵਾਈਨ ਹੈਲਪਰ, ਮੇਰੇ ਜਿਹੜਾ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਮਦਦਗਾਰ ਆ, ਮੇਰੀ ਮਦਦ ਕਰੋ ਇਸ ਕੰਮ ਦੇ ਵਿੱਚ। ਮੈਂ ਕਿੱਦਾਂ ਇਸ ਕੰਮ ਨੂੰ ਹੈਂਡਲ ਕਰ ਸਕਦਾ, ਮੈਂ ਬੱਚਿਆਂ ਨੂੰ ਔਰ ਬੱਚਿਆਂ ਦੇ ਵਿੱਚ ਰਹਿੰਦੇ ਹੋਇਆਂ ਪਰਮੇਸ਼ੁਰ ਲਈ ਕਿੱਦਾਂ ਸਮਾਂ ਕੱਢਣਾ ਆ, ਮੈਂ ਘਰ ਵਿੱਚ ਰਹਿੰਦੇ ਹੋਇਆਂ ਪਰਮੇਸ਼ੁਰ ਲਈ ਕਿੱਦਾਂ ਸਮਾਂ ਕੱਢਣਾ ਆ, ਮੈਂ ਇੱਕ ਮੈਰਿਡ ਲਾਈਫ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਾਰੇ ਕੰਮਾਂ ਨੂੰ ਕਰਦਿਆਂ ਹੋਇਆਂ ਪਰਮੇਸ਼ੁਰ ਲਈ ਕਿੱਦਾਂ ਆਪਣੀ ਰਿਲੇਸ਼ਨਸ਼ਿਪ ਨੂੰ ਪਰਮੇਸ਼ੁਰ ਦੇ ਨਾਲ ਮੇਨਟੇਨ ਰੱਖਣਾ ਹੈ। ਜਦੋਂ ਤੁਸੀਂ ਪਵਿੱਤਰ ਆਤਮਾ ਜੀ ਦੇ ਹੱਥਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖ ਕੇ ਫਿਰ ਪਵਿੱਤਰ ਆਤਮਾ ਜੀ ਤੋਂ ਪੁੱਛੋਗੇ ਤਾਂ ਤੁਹਾਨੂੰ ਇੱਕ ਆਨਸਰ ਪਰਮੇਸ਼ੁਰ ਦੇ ਵੱਲੋਂ ਪਵਿੱਤਰ ਆਤਮਾ ਦੇ ਵਸੀਲੇ ਜ਼ਰੂਰ ਮਿਲੂਗਾ, ਕਿਉਂਕਿ ਉਹ ਸਾਡਾ ਡਿਵਾਈਨ ਹੈਲਪਰ ਆ ਔਰ ਉਹ ਪਰਮੇਸ਼ੁਰ ਦੇ ਨਾਲ ਸਿੱਧੀ ਗੱਲ ਕਰਦਾ, ਮਨੁੱਖ ਦੀ ਹੋਏ ਜਾਂ ਨਾ ਹੋਏ, ਪਰ ਪਵਿੱਤਰ ਆਤਮਾ ਜੀ ਦੀ ਜਿਹੜੀ ਗੱਲ ਆ ਉਹ ਪਰਮੇਸ਼ੁਰ ਦੇ ਨਾਲ ਸਿੱਧੀ ਆ। ਔਰ ਜਦੋਂ ਅਸੀਂ ਟ੍ਰਬਲ ਦੇ ਵਿੱਚ ਹੁੰਦੇ ਹਾਂ ਤਾਂ ਬਚਨ ਦੇ ਵਿੱਚ ਲਿਖਿਆ ਆਤਮਾ ਸਾਡੇ ਲਈ ਹੌਕੇ ਭਰ ਕੇ ਪਰਮੇਸ਼ੁਰ ਦੇ ਅੱਗੇ ਦੁਆ ਕਰਦਾ ਹੈ। ਸੋ ਜਦੋਂ ਅਸੀਂ ਟ੍ਰਬਲ ਦੇ ਵਿੱਚ ਹੁੰਦੇ ਹਾਂ ਉਸ ਟ੍ਰਬਲ ਦੇ ਵਿੱਚ ਵੀ ਕਹਿਣਾ ਕਿ ਪਵਿੱਤਰ ਆਤਮਾ ਜੀ ਮੈਨੂੰ ਇਸ ਟ੍ਰਬਲ ਦੇ ਵਿੱਚੋਂ ਨਿਕਲਣ ਵਿੱਚ ਮੇਰੀ ਮਦਦ ਕਰੋ, ਮੈਨੂੰ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ ਆ। ਔਰ ਤੁਹਾਨੂੰ ਪਰਮੇਸ਼ੁਰ ਨੇ ਮੇਰੀ ਮਦਦ ਲਈ ਭੇਜਿਆ, ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ, ਕਿਉਂਕਿ ਤੁਸੀਂ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਦੇ ਹੋ, ਤੁਸੀਂ ਪਰਮੇਸ਼ੁਰ ਦੇ ਹੀ ਆਤਮਾ ਹੋ, ਆਓ ਮੇਰੀ ਮਦਦ ਕਰੋ, ਤਾਂ ਜ਼ਰੂਰ ਪਵਿੱਤਰ ਆਤਮਾ ਜੀ ਤੁਹਾਡੀ ਮਦਦ ਕਰਨਗੇ, ਤੁਸੀਂ ਹਰ ਉਸ ਟ੍ਰਬਲ ਦੇ ਵਿੱਚੋਂ ਬਾਹਰ ਨਿਕਲ ਆਓਗੇ। ਜੇ ਇਸ ਟ੍ਰਬਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਤਾਂ ਬਹੁਤ ਵੱਡੀ ਸਮੱਸਿਆ ਹੈ, ਮੈਂ ਤਾਂ ਖੂਹ 'ਚ ਹੀ ਡਿੱਗ ਪਿਆ, ਮੈਨੂੰ ਕੋਈ ਕੱਢ ਨਹੀਂ ਸਕਦਾ, ਮੈਂ ਨਿਕਲ ਨਹੀਂ ਸਕਦਾ, ਤਾਂ ਪਵਿੱਤਰ ਆਤਮਾ ਆਪਣਾ ਹੱਥ ਵਧਾ ਕੇ ਤੁਹਾਨੂੰ ਉਸ ਖੂਹ ਦੇ ਵਿੱਚੋਂ ਬਾਹਰ ਕੱਢੇਗਾ, ਚਟਾਨ ਦੇ ਉੱਤੇ ਖੜਾ ਕਰ ਦੇਗਾ। ਇਸ ਲਈ ਜਦੋਂ ਪ੍ਰਾਰਥਨਾ ਕਰੋ, ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਡਿਸਟਰਬ ਕਰਦੀਆਂ ਆ, ਉਸ ਵੇਲੇ ਇੱਕ ਲੜਾਈ ਹੋ ਸਕਦਾ, ਤੁਹਾਨੂੰ ਇੱਕ ਮਹੀਨਾ ਲੱਗ ਜਾਵੇ, ਤੁਹਾਨੂੰ 2 ਮਹੀਨੇ ਲੱਗ ਜਾਣ। ਕਈ ਵਾਰੀ ਕੁਛ ਲੋਕ ਤੁਹਾਨੂੰ ਐਡਵਾਈਸ ਕਰ ਸਕਦੇ ਆ ਕਿ ਹਾਂਜੀ ਉਹ ਹੀ ਪ੍ਰਾਰਥਨਾ ਸੁਣੀ ਜਾਣੀ ਜਿਹੜੀ ਤੁਸੀਂ ਮਨ ਲਾ ਕੇ ਕਰੋ, ਇਸ ਲਈ ਤੁਹਾਨੂੰ ਘੰਟਿਆਂ ਬੱਧੀ ਬੈਠਣ ਦੀ ਜ਼ਰੂਰਤ ਨਹੀਂ ਆ, ਪ੍ਰਾਰਥਨਾ ਤਾਂ 2 ਮਿੰਟ ਦੀ ਦਿਲ ਲਾ ਕੇ ਕੀਤੀ ਹੋਵੇ, ਹੈ ਨਾ, ਅਤੇ ਉਹ ਹੀ ਉੱਤਰ ਲੈ ਆਉਂਦੀ ਆ, ਅਤੇ ਫਿਰ ਘੰਟੇ ਘੰਟੇ ਜੇ ਤੁਹਾਡਾ ਮਨ ਹੀ ਨਾ ਲੱਗਾ ਤਾਂ ਉਹ ਕੋਈ ਫਾਇਦਾ ਨਹੀਂ। ਅਤੇ ਮੈਂ ਤੁਹਾਨੂੰ ਦੱਸਾਂ, ਮਨ ਨੇ ਤਾਂ ਕਹਿਣਾ ਹੀ ਨਹੀਂ ਪ੍ਰਾਰਥਨਾ ਕਰੋ, ਸਿੱਧੀ ਗੱਲ ਆ। ਮਨ ਨੇ ਨਹੀਂ ਕਹਿਣਾ ਭਾਈ ਪ੍ਰਾਰਥਨਾ ਦੇ ਵਿੱਚ ਬਹਿ ਜਾ, ਅਤੇ ਨਾ ਮਨ ਨੇ ਕਹਿਣਾ ਹੈ ਵੀ ਤੂੰ ਪਰਮੇਸ਼ੁਰ ਦੇ ਨਾਲ ਜੋੜ। ਇਹ ਜਿਹੜਾ ਮਨ ਹੈ ਤਾਂ ਬੇਲਗਾਮ ਘੋੜਾ ਆ, ਸਾਡੀ ਤਾਂ ਕੋਸ਼ਿਸ਼ ਇਹ ਆ ਕਿ ਇਸ ਘੋੜੇ ਨੂੰ ਬੱਸ ਦੇ ਵਿੱਚ ਕਰਨਾ, ਇਹ ਤਾਂ ਭੱਜਾ ਹੀ ਫਿਰਦਾ, ਕਦੀ ਇੱਧਰ ਨੂੰ ਵੱਜਦਾ, ਕਦੀ ਉੱਧਰ ਨੂੰ ਵੱਜਦਾ, ਇਹ ਤਾਂ ਚੌੜੇ ਰਾਹ 'ਤੇ ਭੱਜਣਾ ਚਾਹੁੰਦਾ, ਅਤੇ ਇਹਦੇ ਰੱਥ ਵਿੱਚ ਜਿਹੜਾ ਮਨ ਦੇ ਰੱਥ ਦੇ ਵਿੱਚ ਸਵਾਰ ਹੋ ਕੇ ਬਹਿ ਗਿਆ, ਮਨ ਨੇ ਸਿੱਧਾ ਨਰਕ ਨੂੰ ਲੈ ਕੇ ਜਾਣਾ ਹੈ। ਇਸ ਲਈ ਸਭ ਤੋਂ ਪਹਿਲਾਂ ਮਨ ਨੂੰ ਕੰਟਰੋਲ ਕਰੋ, ਇਸ ਮਨ ਰੂਪੀ ਘੋੜੇ ਦੇ ਨੱਕ ਦੇ ਵਿੱਚ ਨਾ ਪੱਕੀ ਨੱਥ ਪਾਓ, ਔਰ ਉਸ ਨੱਥ ਨੂੰ ਪਵਿੱਤਰ ਆਤਮਾ ਦੇ ਹੱਥ ਵਿੱਚ ਦੇ ਦਿਓ, ਉਸ ਰੱਸੀ ਨੂੰ, ਔਰ ਉਹਨੂੰ ਕਹੋ ਕਿ ਪਵਿੱਤਰ ਆਤਮਾ ਜੀ ਇਹ ਮੇਰਾ ਮਨ ਰੂਪੀ ਜਿਹੜਾ ਘੋੜਾ ਹੈ ਨਾ, ਇਹਨੂੰ ਕਿੱਧਰ ਨੂੰ ਮੋੜਨਾ ਹੈ, ਇਹਦੀ ਰੱਸੀ ਮੈਂ ਤੁਹਾਡੇ ਹੱਥ ਵਿੱਚ ਦੇ ਦਿੱਤੀ, ਇਹਦੀ ਲਗਾਮ ਮੈਂ ਤੁਹਾਡੇ ਹੱਥ ਵਿੱਚ ਦੇ ਦਿੱਤੀ ਆ, ਅਤੇ ਇਹਨੂੰ ਹੁਣ ਤੁਸੀਂ ਆਪਣੇ ਹਿਸਾਬ ਦੇ ਨਾਲ ਮੋੜਿਓ, ਫਿਰ ਗੱਡੀ ਜਿਹੜੀ ਆ ਆਤਮਕ ਗੱਡੀ ਜਿਹੜੀ ਆ ਉਹ ਫੇਰ ਤੁਰਨੀ ਆ। ਇਸ ਲਈ ਸਾਨੂੰ ਜ਼ਰੂਰੀ ਆ ਕਿ ਅਸੀਂ ਉਹ ਲੜਾਈ ਲੜੀਏ, ਔਰ ਅਸੀਂ ਇਸ ਭਰਮ ਨੂੰ ਕੱਢ ਦੇਈਏ ਕਿ ਮੇਰਾ ਮਨ ਜੀ ਪ੍ਰਾਰਥਨਾ ਕਰਨ ਨੂੰ ਨਹੀਂ ਲੱਗਦਾ। ਕੁਛ ਲੋਕਾਂ ਦੀ ਕੰਪਲੇਨ ਆ, ਇੱਕ ਕੰਪਲੇਨ ਨਹੀਂ ਆ, ਇਹ ਪਰਸਨਲ ਐਕਸਪੀਰੀਅੰਸ ਆ ਮੇਰਾ ਵੀ, ਅਤੇ ਤੁਹਾਡੀ ਵੀ ਜ਼ਿੰਦਗੀ ਦਾ ਜ਼ਰੂਰ ਹੋਊਗਾ ਕਿ ਜਦੋਂ ਆਪਾਂ ਪ੍ਰਾਰਥਨਾ ਕਰਨ ਬੈਠਣਾ, ਵਾਸੀਆਂ ਆਉਣ ਲੱਗ ਜਾਣੀਆਂ, ਅੱਖਾਂ 'ਚੋਂ ਪਾਣੀ ਆਉਣ ਲੱਗ ਜਾਣਾ, ਸਰੀਰ ਟੁੱਟਣ ਭੱਜਣ ਲੱਗ ਜਾਣਾ, ਉੱਦਾਂ ਭਾਵੇਂ ਸਾਰਾ ਦਿਨ ਲੱਤਾਂ ਨਾਲ ਦੁੱਖਣ, ਚੌਂਕੜਾ ਮਾਰੋ ਤਾਂ ਲੱਤਾਂ ਸੌਂ ਹੀ ਜਾਣੀਆਂ ਕਿ ਹੁਣ ਤਾਂ ਚੌਂਕੜਾ ਹੀ ਵੱਜਣਾ, ਅਤੇ ਮੈਂ ਤੁਹਾਨੂੰ ਦੱਸਾਂ ਇਹ ਸਾਰਾ ਕੁਛ ਹੁੰਦਾ ਹੀ ਆ, ਕਿਉਂਕਿ ਵੈਰੀ ਨਹੀਂ ਚਾਹੁੰਦਾ ਕਿ ਅਸੀਂ ਹਨੇਰੇ 'ਚੋਂ ਨਿਕਲ ਕੇ ਚਾਨਣ ਦੇ ਵਿੱਚ ਚਲ ਜਾਈਏ, ਅਤੇ ਸਾਡਾ ਜਿਹੜਾ ਰਿਸ਼ਤਾ ਆ ਪਰਮੇਸ਼ੁਰ ਦੇ ਨਾਲ ਦੁਬਾਰਾ ਤੋਂ ਜੁੜ ਜਾਏ। ਸੋ ਸਾਨੂੰ ਬਹੁਤ ਜ਼ਰੂਰੀ ਆ, ਮੈਂ ਇਹ ਕਹਿੰਦੀ ਜਿਹੜਾ ਮੇਰੇ ਕੋਲ ਐਡਵਾਈਸ ਲਵੇ ਮੈਂ ਉਹਨੂੰ ਇਹ ਦੱਸਦੀ ਕਿ ਜੇ ਭਾਈ ਤੈਨੂੰ ਬੈਠ ਕੇ ਨੀਂਦ ਆਉਂਦੀ ਤਾਂ ਖਲੋ ਕੇ ਪ੍ਰਾਰਥਨਾ ਕਰਨ ਲੱਗ ਜਾ, ਜੇ ਤੈਨੂੰ ਖਲੋ ਕੇ ਥੱਕ ਗਿਆ ਤਾਂ ਬਹਿ ਕੇ ਕਰ ਲਾ, ਜੇ ਤੈਨੂੰ ਨੀਂਦ ਆਉਂਦੀ ਤਾਂ ਮੂੰਹ ਧੋ ਕੇ ਫਿਰ ਆ ਜਾ, ਜੇ ਫਿਰ ਵੀ ਨਹੀਂ ਹਟਦੀ ਤਾਂ ਨਹਾ ਕੇ ਫਿਰ ਬੈਠ ਜਾ, ਪਰ ਇਸ ਜੰਗ ਨੂੰ ਹਰ ਹਾਲ ਦੇ ਵਿੱਚ ਫਤਿਹ ਕਰੋ, ਹਰ ਹਾਲ ਦੇ ਵਿੱਚ ਫਤਿਹ ਕਰੋ। ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਮੈਂ ਮਿਡਨਾਈਟ ਪ੍ਰੇਅਰ ਸਟਾਰਟ ਕੀਤੀ, ਤਾਂ ਜਦੋਂ ਮੈਂ ਪ੍ਰਾਰਥਨਾ ਦੇ ਵਿੱਚ ਬੈਠਣਾ
10 मिनट नहीं लंघने ते मेरियां ते चौका लगन लग जानियां ते मेरा मन करना मैं गोडे भार होके बैठा। जदों मैं गोडे भार होके बैठना ते मैं देखना ते बैठिया ते मैनूं 2 मिनट दा ते मैनूं चेता आया वी मैं प्रार्थना करदी सी, बाकी अद्धा घंटा मैं किथे सी। ओह नींद आ जांदी सी गोडियां भार बैठियां वी। ਤਾਂ ਮੈਂ ਫਿਰ ਇੱਕ ਸਿਸਟਮ ਜਿਹੜਾ ਕੀਤਾ ਵੀ ਇਸ ਜੰਗ ਨੂੰ ਤਾਂ ਜਿੱਤਣਾ, ਕਿਉਂਕਿ ਮੈਨੂੰ ਕਿਸੇ ਨੇ ਮੈਸੇਜ ਕੀਤਾ ਸੀਗਾ, ਉਹ ਕੋਈ ਪਾਸਟਰ ਜੀ ਸੀਗਾ, ਉਹਨਾਂ ਨੇ ਕਿਹਾ ਕਿ ਸਿਸਟਰ ਗੁਸ਼ਰਨ ਤੇਰੇ ਲਈ ਪੁੱਤਰ ਆਤਮਾ ਦੀ ਆਵਾਜ਼ ਆ ਕਿ ਤੂੰ ਮਿਡ ਨਾਈਟ ਪ੍ਰਾਰਥਨਾ ਸਟਾਰਟ ਕਰ ਅਤੇ ਪਰਮੇਸ਼ੁਰ ਆਪਣੇ ਭੇਤ ਤੇਰੇ ਉੱਤੇ ਪ੍ਰਗਟ ਕਰਨਗੇ। ਤਾਂ ਮੈਂ ਸੋਚਿਆ ਕਿ ਮੈਨੂੰ ਇੱਕ ਬੰਦਾ ਐਡਵਾਈਸ ਕਰ ਰਿਹਾ ਹੈ, ਪਰ ਜ਼ਰੂਰ ਇਹ ਪਰਮੇਸ਼ੁਰ ਦੇ ਵੱਲੋਂ ਹੀ ਹੋਊਗੀ, ਅਦਰਵਾਈਜ਼ ਕਿਸੇ ਬੰਦੇ ਨੂੰ ਮੈਨੂੰ ਪ੍ਰਾਰਥਨਾ ਕਰਨ ਦੀ ਜਿਹੜੀ ਸਲਾਹ ਦੇਣ ਦੀ ਜਿਹੜੀ ਗੱਲ ਆ ਉਹ ਕਰਨ ਦੀ ਕੀ ਜ਼ਰੂਰਤ ਹੈ, ਕਿਉਂਕਿ ਪ੍ਰਾਰਥਨਾ ਕਰਨ ਲਈ ਸ਼ੈਤਾਨ ਤਾਂ ਕਹਿ ਨਹੀਂ ਸਕਦਾ। ਜੇ ਪ੍ਰਾਰਥਨਾ ਕਰਨ ਦੇ ਲਈ ਜ਼ੋਰ ਹੋਏਗਾ ਤਾਂ ਉਹ ਤਾਂ ਪਰਮੇਸ਼ੁਰ ਦੇ ਵੱਲੋਂ ਹੀ ਹੋਏਗਾ। ਤਾਂ ਮੈਂ ਉਸ ਚੀਜ਼ ਦੇ ਉੱਤੇ, ਪਰਮੇਸ਼ੁਰ ਅਗਰ ਮੈਨੂੰ ਜਿਹੜਾ ਆ ਉਹ ਕੋਈ ਇੱਕ ਨਵੇਂ ਲੈਵਲ 'ਚ ਲੈ ਕੇ ਜਾਣਾ ਚਾਹੁੰਦੇ ਆ, ਕੋਈ ਨਵਾਂ ਵਰਦਾਨ ਮੈਨੂੰ ਪਰਮੇਸ਼ੁਰ ਦੇਣਾ ਚਾਹੁੰਦੇ, ਤਾਂ ਮੇਰੇ ਲਈ ਇਸ ਤੋਂ ਉੱਤਮ ਹੋਰ ਕੀ ਹੋ ਸਕਦਾ। ਅਤੇ ਮੇਰੇ ਲਈ ਉਹ ਇੱਕ ਚੈਲੰਜ ਦੇ ਵਾਂਗ ਸੀਗਾ, ਔਰ ਪਰਮੇਸ਼ੁਰ ਦੀ ਆਗਿਆਕਾਰੀ ਕਰਨੀ ਸੀ ਉਹ ਮੇਰੇ ਲਈ ਇੱਕ ਵੱਡੀ ਗੱਲ ਸੀ ਕਿ ਪਰਮੇਸ਼ੁਰ ਨੇ ਕਿਸੇ ਦੇ ਰਾਹੀਂ ਮੈਨੂੰ ਸੁਨੇਹਾ ਭੇਜਿਆ। ਔਰ ਮੈਂ ਜਦੋਂ ਉਹ ਚੀਜ਼ ਨੂੰ ਕਰਦੀ ਸੀ ਮੈਨੂੰ ਨੀਂਦ ਆ ਜਾਂਦੀ ਸੀ, ਤਾਂ ਫਿਰ ਮੈਂ ਇਹੀ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਂ ਇਹ ਯੂਜ਼ ਕੀਤਾ। ਜੇ ਮੈਨੂੰ ਬੈਠਿਆ ਨੀਂਦ ਆਉਂਦੀ ਸੀ ਮੈਂ ਖੜ੍ਹੇ ਹੋ ਜਾਂਦੀ ਸੀ, ਜੇ ਖੜ੍ਹੇ ਹੋਇਆ ਵੀ ਨੀਂਦ ਆਉਂਦੀ ਸੀ ਮੈਂ ਮੂੰਹ ਧੋ ਕੇ ਫਿਰ ਖੜ੍ਹੇ ਹੋ ਜਾਂਦੀ ਸੀ, ਫਿਰ ਮੈਂ ਤੁਰ ਫਿਰ ਕੇ ਪ੍ਰਾਰਥਨਾ ਕਰਦੀ ਸੀ। ਜੇ ਫਿਰ ਵੀ ਥੋੜ੍ਹੇ ਦਿਨ ਫਿਰ ਵੀ ਕੰਮ ਨਹੀਂ ਸੂਤ ਆਇਆ, ਸਿਆਲਾਂ ਦੇ ਦਿਨ ਸੀ, ਮੈਂ ਕਿਹਾ ਕੋਈ ਚੱਕਰ ਨਹੀਂ, ਮੈਂ ਰਾਤ ਨੂੰ 12:30 ਵਜੇ ਵੀ ਜੇ ਮੈਨੂੰ ਸ਼ਾਵਰ ਲੈਣ ਦੀ ਜ਼ਰੂਰਤ ਪੈਣੀ ਕਿ ਨੀਂਦ ਨਹੀਂ ਹਟਦੀ, ਫਿਰ ਮੈਂ ਸ਼ਾਵਰ ਲੈ ਕੇ ਫਿਰ ਪ੍ਰਾਰਥਨਾ ਕਰਨੀ, ਔਰ ਫਿਰ ਮੈਂ 3-4 ਘੰਟੇ ਜਿੱਦਾਂ ਜਾਂ ਇੱਦਾਂ ਪ੍ਰਾਰਥਨਾ ਕਰਨੀ। ਔਰ 2 ਵੀਕ ਦੇ ਵਿੱਚ ਹੀ ਜਿਹੜੀ ਆ ਉਹ ਮੇਰੇ ਬਹੁਤ ਸੋਹਣੀ ਜਿਹੜੀ ਆ ਉਹ ਇੱਕ ਤਾਲਮੇਲ ਜਿਹੜਾ ਬੈਠ ਗਿਆ ਆਤਮਾ ਦੇ ਨਾਲ, ਔਰ ਬਾਡੀ ਦਾ ਜਿਹੜਾ ਆ ਉਹ ਬੜੀ ਸੋਹਣੀ ਸੈਟਿੰਗ ਹੋ ਗਈ। ਪਰ ਜੇ ਮੈਂ ਕਹਿੰਦੀ ਨਹੀਂ ਮੇਰੇ ਤੋਂ ਨਹੀਂ ਕਰ ਹੋਣਾ, ਉਸ ਵੇਲੇ ਤਾਂ ਉਹੀ ਵੇਲਾ ਤਾਂ ਹੁੰਦਾ ਸੌਣ ਦਾ, ਸਵੇਰ ਨੂੰ ਉੱਠ ਕੇ ਨਿਆਣਿਆਂ ਨੂੰ ਸਕੂਲ ਨੂੰ ਤੋਰਨਾ ਆ, 6 ਨਿਆਣਿਆਂ ਦੇ ਸਕੂਲ ਦੀ ਬੱਸ ਆ ਜਾਂਦੀ ਆ, ਅਤੇ ਮੈਂ 4 ਸੌਂਗੀ, ਫਿਰ ਮੈਂ 5 ਉੱਠ ਕੇ ਰੋਟੀ ਕਿੱਦਾਂ ਬਣਾਉਂਗੀ, ਤਾਂ ਫਿਰ ਮੈਂ ਉਹ ਜੰਗ ਨੂੰ ਹਾਰ ਜਾਣਾ ਸੀ। ਪਰ ਨਹੀਂ, ਅਸੀਂ ਜੰਗ ਜਿੱਤਣੀ ਆ। ਮੈਂ ਇਹ ਤੁਹਾਨੂੰ ਸੈਲਫ ਪ੍ਰੇਜ਼ ਵਾਸਤੇ, ਆਪਣੀ ਵਾਸਤੇ ਨਹੀਂ ਦੱਸ ਰਹੀ ਕਿ ਮੈਂ ਜੀ ਬਹੁਤ ਐਫਰਟ ਲਾਇਆ, ਉਹ ਇੱਕ ਟਾਈਮ ਸੀਗਾ, ਸੋ ਉਸ ਵੇਲੇ ਮੇਰੀ ਉਹ ਕਾਲਿੰਗ ਸੀ। ਇਸ ਵੇਲੇ ਵੀ ਅਸੀਂ ਮਿਡ ਨਾਈਟ ਪ੍ਰੇਅਰ ਕਰਦੇ, ਬਟ ਡਿਫਰੈਂਟ ਟਾਈਮਿੰਗ ਆ, ਡਿਫਰੈਂਟ ਕਾਲਿੰਗ ਆ। ਇਹਦੇ ਵਿੱਚ ਮੇਰੇ ਨਾਲ ਮੇਰੇ ਬੱਚੇ ਵੀ ਬੈਠਦੇ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਆ, ਮੋਰਨਿੰਗ 'ਚ ਉਹਨਾਂ ਨੇ ਸਕੂਲ ਨੂੰ ਨਹੀਂ ਜਾਣਾ, ਤਾਂ ਇਸ ਟਾਈਮ ਨੂੰ ਅਸੀਂ ਜਿਹੜਾ ਆ ਉਹ ਆਪਣੇ ਬੱਚਿਆਂ ਦੇ ਲਈ ਯੂਜ਼ ਕਰ ਰਹੇ ਕਿ ਪਰਮੇਸ਼ੁਰ ਦੇ ਨਾਲ ਬੱਚਿਆਂ ਦੀ ਬੋਂਡਿੰਗ ਜਿਹੜੀ ਆ ਉਹ ਚੰਗੀ ਤਰ੍ਹਾਂ ਹੋ ਸਕੇ। ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪ੍ਰਾਰਥਨਾ ਕਰਦਿਆਂ ਅਗਰ ਤੁਹਾਡੇ ਨਾਲ ਇੱਦਾਂ ਦਾ ਕੁਛ ਵੀ ਹੋ ਰਿਹਾ ਹੈ ਤਾਂ ਜੰਗ ਨੂੰ ਹਾਰ ਨਾ ਜਾਇਓ। ਜੰਗ ਆਪਾਂ ਜਿੱਤਣੀ ਆ, ਹਰ ਹਾਲ 'ਚ ਜਿੱਤਣੀ ਆ। ਬੇਸ਼ੱਕ ਵਿਹੜੇ 'ਚ ਤੁਰ ਕੇ ਪ੍ਰਾਰਥਨਾ ਕਰੋ, ਕੋਠੇ 'ਤੇ ਖਲੋ ਕੇ ਪ੍ਰਾਰਥਨਾ ਕਰੋ, ਚੌਂਕੜੀ ਮਾਰ ਕੇ ਪ੍ਰਾਰਥਨਾ ਕਰੋ, ਜਿੱਦਾਂ ਵੀ ਕਰ ਹੁੰਦੀ ਆ ਤੁਸੀਂ ਉਸੇ ਤਰੀਕੇ ਦੇ ਨਾਲ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰੋ। ਔਰ ਜਿਹੜੇ ਰੋਗੀ ਆ ਉਹ ਕਹਿੰਦੇ ਜੀ ਅਸੀਂ ਤਾਂ ਲੰਮੇ ਪਏ, ਅਸੀਂ ਚੌਂਕੜੀ ਨਹੀਂ ਮਾਰ ਸਕਦੇ, ਤਾਂ ਮੈਂ ਤੁਹਾਨੂੰ ਦੱਸਾਂ ਤੁਹਾਡਾ ਮਨ ਜਿਹੜਾ ਆ ਉਹਦੀ ਚੌਂਕੜੀ ਵੱਜੀ ਚਾਹੀਦੀ ਆ। ਲੱਤਾਂ ਦੀ ਚੌਂਕੜੀ ਤਾਂ ਬਾਹਲੇ ਆ ਜਿਨ੍ਹਾਂ ਦੇ ਕੋਲ, ਬੇਚਾਰਿਆਂ ਦੇ ਕੋਲ ਲੱਤਾਂ ਹੈ ਹੀ ਨਹੀਂ। ਤਾਂ ਜਿਹੜਾ ਪਰਮੇਸ਼ੁਰ ਆ ਉਹ ਇਸ ਗੱਲ ਦੀ ਕੋਈ ਬੰਦਿਸ਼ ਨਹੀਂ ਆ ਕਿ ਤੁਸੀਂ ਚੌਂਕੜੀ ਮਾਰ ਕੇ ਹੀ ਪ੍ਰਾਰਥਨਾ ਕਰਨੀ ਆ। ਹਾਂਜੀ, ਜਿਹੜੇ ਬੈਠ ਸਕਦੇ ਆ ਉਹ ਉੱਦਾਂ ਬੈਠਣ, ਪਰ ਜਿਹੜੇ ਨਹੀਂ ਬੈਠ ਸਕਦੇ, ਕਿਸੇ ਨੂੰ ਡਿਸਕ ਦੀ ਪ੍ਰੋਬਲਮ ਆ, ਕਿਸੇ ਨੂੰ ਗੋਡਿਆਂ ਦੇ ਜੁਆਇੰਟਸ ਦੀ ਪ੍ਰੋਬਲਮ ਆ, ਕਈ ਵਿਚਾਰੇ ਬੈੱਡ 'ਤੇ ਹੀ ਲੇਟੇ ਹੋਏ ਆ, ਉਹਨਾਂ ਨੂੰ ਹੋਰ ਚੀਜ਼ਾਂ ਜਿਹੜੀਆਂ ਆ ਉਹ ਕਿਸੇ ਤਰੀਕੇ ਦੀਆਂ ਸਮੱਸਿਆਵਾਂ ਹੋ ਸਕਦੀਆਂ, ਪਰ ਤੁਸੀਂ ਆਪਣੇ ਮਨ ਦੇ ਵਿੱਚ ਖੜ੍ਹੇ ਹੋਣੇ ਚਾਹੀਦੇ ਆ। ਆਪਣੇ ਮਨ ਦੇ ਵਿੱਚ ਤੁਸੀਂ ਪਰਮੇਸ਼ੁਰ ਦੇ ਨਾਲ ਰਿਸ਼ਤਾ ਜੋੜਨ ਦੇ ਲਈ ਜਿਹੜੇ ਆ ਉਤਸੁਕ ਹੋਣੇ ਚਾਹੀਦੇ ਆ, ਫਿਰ ਸਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਆ ਦੇਖੋ ਕਿੱਦਾਂ ਨਹੀਂ ਕਬੂਲ ਹੁੰਦੀਆਂ। ਅੱਜ ਲੋਕੀ ਕੰਪਲੇਨ ਕਰਦੇ ਜੀ ਅਸੀਂ ਪ੍ਰਾਰਥਨਾ ਕਰਦੇ ਸਾਡੀ ਪ੍ਰਾਰਥਨਾ ਜਿਹੜੀ ਆ ਪਰਮੇਸ਼ੁਰ ਤੱਕ ਪਹੁੰਚਦੇ ਨਹੀਂ। ਹਾਂਜੀ, ਤੁਸੀਂ ਪ੍ਰਾਰਥਨਾ ਕਰਦੇ ਆ ਬਾਸੀ ਤੇ ਬਾਸੀ ਮਾਰੀ ਜਾਂਦੇ ਆ, ਤੁਸੀਂ ਤੁਹਾਡਾ ਮਨ ਜਿਹੜਾ ਉਹ ਪਰਮੇਸ਼ੁਰ ਦੇ ਨਾਲ ਜੋੜ ਹੀ ਨਹੀਂ ਰਿਹਾ। ਔਰ ਜੇ ਸਾਡੀ ਆਵਾਜ਼ ਜਿਹੜੀ ਆ ਉਹ ਸਾਡੇ ਬਾਦਸ਼ਾਹ ਤੱਕ ਪਹੁੰਚੇਗੀ ਨਹੀਂ, ਤਾਂ ਕਿੱਦਾਂ ਸਾਡੀ ਜਿਹੜੀ ਚੀਜ਼ ਆ ਜਿਹੜੀ ਸਾਡੀ ਜ਼ਰੂਰਤ ਉਹ ਕਿੱਦਾਂ ਪੂਰੀ ਹੋਏਗੀ ਜਦ ਉਹਨੇ ਸੁਣਿਆ ਹੀ ਨਹੀਂ। ਹਾਲਾਂਕਿ ਵਚਨ ਵੀ ਸਾਨੂੰ ਦੱਸਦਾ ਆ, ਸਿਆਣੇ ਵੀ ਸਾਨੂੰ ਦੱਸਦੇ ਕਿ ਉਹ ਬਿਨਾਂ ਬੋਲਣ ਦੇ ਹੀ ਜਾਣਦਾ ਆ, ਪਰ ਫਿਰ ਵੀ ਜ਼ਰੂਰਤ ਆ ਸਾਨੂੰ ਮੰਗਣ ਦੀ, ਜ਼ਰੂਰਤ ਆ ਸਾਨੂੰ ਜਿਹੜੀ ਕੋਸ਼ਿਸ਼ ਕਰਨ ਦੀ, ਔਰ ਸਾਨੂੰ ਉਹ ਐਫਰਟ ਲਾਉਣੇ ਪੈਣੇ ਆ, ਕਿਉਂਕਿ ਵਚਨ 'ਚ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਵਚਨ ਦੇ ਵਿੱਚ ਲਿਖਿਆ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ, ਵਚਨ ਦੇ ਵਿੱਚ ਲਿਖਿਆ ਨਿਰੰਤਰ ਪ੍ਰਾਰਥਨਾ ਦੇ ਵਿੱਚ ਬਣੇ ਰਹੋ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹੀਏ, ਪ੍ਰਾਰਥਨਾ ਕਰਨੀ ਸਿੱਖੀਏ, ਪ੍ਰਾਰਥਨਾ ਦੇ ਵਿੱਚ ਵਧਣਾ ਕਿੱਦਾਂ ਆ ਅਸੀਂ ਇਹਨਾਂ ਚੀਜ਼ਾਂ ਨੂੰ ਸਿੱਖੀਏ। ਅਤੇ ਮੈਂ ਯਕੀਨ ਕਰਦੀ ਹਾਂ ਕਿ ਤੁਹਾਡੀ ਲਾਈਫ ਦੇ ਵਿੱਚ ਇਹ ਜਿਹੜਾ ਐਕਸਪੀਰੀਅੰਸ ਆ ਇਹ ਜ਼ਰੂਰ ਕੰਮ ਕਰੂਗਾ, ਔਰ ਤੁਸੀਂ ਇਹਦੇ ਰਾਹੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜਿਹੜੀ ਆ ਬੜੀਆਂ ਚੀਜ਼ਾਂ ਤੋਂ ਡਿਲੀਵਰੈਂਸ ਤੁਸੀਂ ਪਾਓਗੇ ਇਸ ਮੈਥਡ ਨੂੰ ਯੂਜ਼ ਕਰਕੇ।
ਤੁਸੀਂ ਕਾਫੀ ਡਿਲੀਵਰੈਂਸ ਜਿਹੜੀ ਆ ਉਹ ਆਪਣੀ ਲਾਈਫ ਦੇ ਵਿੱਚ ਫੀਲ ਕਰੋਗੇ, ਤੁਸੀਂ ਇੱਕ ਸੁਪਰ ਨੈਚੁਰਲ ਐਕਸਪੀਰੀਅੰਸ ਨੂੰ ਆਪਣੀ ਲਾਈਫ ਦੇ ਵਿੱਚ ਲਵੋਗੇ। ਔਰ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਪਰ ਨੈਚੁਰਲ ਚੀਜ਼ਾਂ ਨੂੰ ਜਿਹੜਾ ਹੈ ਉਹ ਅੰਡਰਸਟੈਂਡ ਕਰਨਾ ਸ਼ੁਰੂ ਕਰ ਦਈਏ, ਕਿਉਂਕਿ ਜੋ ਕੁਛ ਧਰਤੀ ਦੇ ਉੱਤੇ ਚੱਲ ਰਿਹਾ ਹੈ ਨਾ, ਇਹ ਸਭ ਸੁਪਰ ਨੈਚੁਰਲ ਪਾਵਰਸ, ਅਲੌਕਿਕ ਸ਼ਕਤੀਆਂ ਜਿਹੜੀਆਂ ਆ ਉਹਨਾਂ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਆ। ਔਰ ਜਦੋਂ ਅਸੀਂ ਇਹਨਾਂ ਅਲੌਕਿਕ ਸ਼ਕਤੀਆਂ ਦੇ ਬਾਰੇ ਵਿੱਚ ਅਸੀਂ ਸਮਝਣਾ ਸਿੱਖ ਲਿਆ, ਇਹਨਾਂ ਦੇ ਨਾਲ ਕਿੱਦਾਂ ਅਸੀਂ ਤਾਲਮੇਲ ਬਿਠਾਉਣਾ ਆ, ਜਦੋਂ ਸਾਨੂੰ ਉਹ ਜਾਚ ਆ ਗਈ ਤਾਂ ਫਿਰ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਆ ਨਾ ਉਹ ਇੱਕ ਲੈ ਦੇ ਵਿੱਚ ਹੋ ਕੇ ਉਹ ਸਾਡੀ ਭਲਾਈ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਆ। ਬਹੁਤ ਵਾਰੀ ਅਸੀਂ ਕਹਿੰਦੇ ਵਚਨ ਦੇ ਵਿੱਚ ਲਿਖਿਆ ਸਾਰੀਆਂ ਚੀਜ਼ਾਂ ਤੁਹਾਡੇ ਲਈ ਜਿਹੜਾ ਹੈ ਉਹ ਭਲਾਈ ਪੈਦਾ ਕਰਦੀਆਂ ਆ, ਸਾਨੂੰ ਤਾਂ ਇਸ ਕੰਮ 'ਚੋਂ ਕਿਹੜੀ ਭਲਾਈ ਨਜ਼ਰ ਆਉਂਦੀ ਆ, ਵੀ ਵਾਇਰਸ ਚੱਲ ਗਿਆ ਇਹਦੇ 'ਚ ਕਿਹੜੀ ਭਲਾਈ ਹੋਈ। ਬਹੁਤ ਸਾਰੇ ਲੋਕ ਕੁਐਸਚਨ ਕਰਦੇ ਵੀ ਤੁਸੀਂ ਤਾਂ ਕਹਿੰਦੇ ਆ ਵੀ ਪਰਮੇਸ਼ੁਰ ਸਾਰੇ ਕੰਮਾਂ 'ਚੋਂ ਭਲਾਈ ਪੈਦਾ ਕਰਦਾ, ਇਸ ਕੰਮ 'ਚੋਂ ਕਿਹੜੀ ਭਲਾਈ ਪੈਦਾ ਹੋ ਗਈ। ਮੈਂ ਤਾਂ ਕਹਿੰਦੀ ਬਹੁਤ ਭਲਾਈ ਪੈਦਾ ਹੋ ਗਈ ਕਿ ਪਰਮੇਸ਼ੁਰ ਨੇ ਇੱਕ ਵਾਇਰਸ ਦੇ ਰਾਹੀਂ ਪੂਰੀ ਦੁਨੀਆ ਦੇ ਵੱਡੇ ਵੱਡੇ ਜਿਹੜੇ ਸ਼ਾਹੂਕਾਰ ਲੋਕ ਆ, ਵੱਡੇ ਵੱਡੇ ਜਿਹੜੇ ਮਾਤਬਾਰ ਤੇ ਹਾਕਮ ਆ, ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡੇ ਕੰਟਰੋਲ ਜਿਹੜੇ ਆ ਨਾ ਉਹਨਾਂ ਦੇ ਉੱਤੇ ਵੀ ਮੇਰਾ ਕੰਟਰੋਲ ਆ। ਮੈਂ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਕੰਟਰੋਲ ਦੇ ਵਿੱਚੋਂ ਆਊਟ ਆਫ ਕੰਟਰੋਲ ਕਰਨ ਦੀ ਤਾਕਤ ਰੱਖਦਾ, ਤੁਹਾਡੇ ਹੱਥਾਂ ਦੇ ਵਿੱਚੋਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੱਢ ਕੇ ਉਹਨਾਂ ਨੂੰ ਆਪਣੀ ਇੱਛਾ ਦੇ ਨਾਲ ਚਲਾਉਣ ਦੀ ਤਾਕਤ ਰੱਖਦਾ, ਮੈਂ ਥੰਮ ਦੇਣ ਦੀ ਤਾਕਤ ਰੱਖਦਾ, ਮੈਂ ਵਗਾ ਦੇਣ ਦੀ, ਮੈਂ ਡੋਲ ਦੇਣ ਦੀ, ਮੈਂ ਨਾਸ਼ ਕਰ ਦੇਣ ਦੀ ਅਤੇ ਮੈਂ ਫਿਰ ਉਤਪਤ ਕਰ ਦੇਣ ਦੀ ਤਾਕਤ ਰੱਖਦਾ ਹੈ। ਅਤੇ ਇਹਦੇ ਵਿੱਚੋਂ ਭਲਾਈ ਨਹੀਂ ਤਾਂ ਹੋਰ ਕੀ। ਤੁਸੀਂ ਬਹੁਤ ਸਾਰੇ ਲੋਕ, ਚਾਹੇ ਅਸੀਂ ਸਟੇਜਾਂ 'ਤੇ ਖਲੋ ਕੇ ਬੋਲੀਏ, ਚਾਹੇ ਅਸੀਂ ਘਰਾਂ ਦੇ ਵਿੱਚ ਜਾ ਕੇ ਬੋਲੀਏ, ਜਾਂ ਅਸੀਂ ਕਿਸੇ ਨੂੰ ਫੋਨ 'ਤੇ ਖੁਸ਼ਖਬਰੀ ਦੱਸੀਏ, ਪਰ ਸਾਨੂੰ ਸੋਰਸਿਸ ਨਹੀਂ ਲੱਭਣੇ ਸੀਗੇ ਇੰਨੇ ਵੱਡੇ ਲੈਵਲ 'ਤੇ ਜਿਹੜੇ ਆ ਉਹ ਲੋਕਾਂ ਤੱਕ ਜਾਈਏ, ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਪ੍ਰਾਈਮ ਮਿਨਿਸਟਰਸ ਤੱਕ ਜਾਈਏ ਅਤੇ ਜਾ ਕੇ ਕਹੀਏ ਜੀ ਤੁਸੀਂ ਆਪਣੀ ਤਾਕਤ 'ਤੇ ਭਰੋਸਾ ਨਾ ਕਰੋ ਪਰ ਪਰਮੇਸ਼ੁਰ 'ਤੇ ਭਰੋਸਾ ਕਰੋ, ਕਿਉਂਕਿ ਪ੍ਰਭੂ ਜੀ ਸਭ ਕੁਛ ਕਰਨ ਦੀ ਤਾਕਤ ਰੱਖਦੇ ਆ। ਕਿੰਨੇ ਉਹ ਹੌਸਲਾ ਕਰਨਾ ਸੀ ਕਿ ਚੀਨ ਦੇ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਦੱਸੇ, ਹਾਂਜੀ ਪ੍ਰਭੂ ਬਲ ਦੇਣ ਤਾਂ ਸਭ ਕੁਛ ਹੋ ਸਕਦਾ ਆ, ਪਰ ਇੱਕ ਆਮ ਇਨਸਾਨ ਦੇ ਲਈ ਤਾਂ ਵੀਜ਼ਾ ਲੈਣਾ ਹੀ ਬਹੁਤ ਔਖਾ ਹੈ। ਤਾਂ ਬੜਾ ਔਖਾ ਕੰਮ ਸੀਗਾ ਕਿ ਦੁਨੀਆ ਦੇ ਹਾਕਮਾਂ ਨੂੰ ਜਾ ਕੇ ਇਹ ਪ੍ਰਚਾਰ ਕਰਨਾ, ਭਾਈ ਤੁਸੀਂ ਆਪਣੇ ਜ਼ੋਰ ਦੇ ਉੱਤੇ ਜਿਹੜਾ ਆਪਣਾ ਮਨ ਆ ਉਹ ਚੱਕ ਦਿਓ, ਕਿਉਂਕਿ ਬਾਣੀ ਦੇ ਵਿੱਚ ਲਿਖਿਆ ਆ ਕਿ ਜੇ ਮੈਂ ਜਿਹੜਾ ਆ ਉਹ ਘੋੜਿਆਂ ਦੇ ਜ਼ੋਰ ਦੇ ਉੱਤੇ ਨਹੀਂ ਰੀਝਦਾ। ਵਚਨ ਦੇ ਵਿੱਚ ਲਿਖਿਆ ਆ, ਕਹਿੰਦਾ ਯਹੋਵਾ ਘੋੜਿਆਂ ਦੇ ਜ਼ੋਰ ਉੱਤੇ ਨਹੀਂ ਰੀਝਦਾ। ਸੋ ਅਸੀਂ ਇਹ ਚੀਜ਼ਾਂ ਜਿਹੜੀਆਂ ਆ ਇੰਨੀ ਈਜ਼ੀਲੀ ਉਹਨਾਂ ਹਾਕਮਾਂ ਤੱਕ, ਉਹਨਾਂ ਹਕੂਮਤਾਂ ਤੱਕ ਨਹੀਂ ਪਹੁੰਚਾ ਸਕਦੇ ਸੀ ਜਿੰਨੀ ਈਜ਼ੀਲੀ ਪਰਮੇਸ਼ੁਰ ਜੀ ਨੇ ਇੱਕ ਵਾਇਰਸ ਦੇ ਰਾਹੀਂ ਉਹਨਾਂ ਹਕੂਮਤਾਂ ਤੱਕ ਪਹੁੰਚਾ ਦਿੱਤੀਆਂ ਕਿ ਪਰਮੇਸ਼ੁਰ ਕੌਣ ਆ ਔਰ ਪਰਮੇਸ਼ੁਰ ਜੀ ਕੀ ਕਰਨ ਦੀ ਤਾਕਤ ਰੱਖਦੇ ਆ। ਇਸ ਲਈ ਇਹਨਾਂ ਚੀਜ਼ਾਂ ਨੂੰ ਆਪਾਂ ਉਦੋਂ ਅੰਡਰਸਟੈਂਡ ਕਰ ਸਕਦੇ ਹਾਂ ਜਦੋਂ ਆਪਣਾ ਜੀਵਨ ਜਿਹੜਾ ਆ ਪ੍ਰਾਰਥਨਾ ਦੇ ਵਿੱਚ ਜਿਹੜਾ ਆ ਉਹ ਸਹੀ ਹੋ ਗਿਆ, ਜਦੋਂ ਆਪਾਂ ਪ੍ਰਾਰਥਨਾ ਦੇ ਵਿੱਚ ਬੈਠਣਾ ਇੱਕ ਫੀਲਿੰਗ ਆਉਣੀ ਸ਼ੁਰੂ ਹੋ ਜਾਏ ਕਿ ਹਾਂਜੀ ਮੈਂ ਪ੍ਰਾਰਥਨਾ 'ਚ ਬੈਠਾ ਹਾਂ, ਮੈਂ ਭਰਿਆ ਹੋਇਆ ਹਾਂ, ਕੁਛ ਫੀਲ ਹੋ ਰਿਹਾ ਕਿ ਹਾਂ ਸੁਪਰ ਨੈਚੁਰਲ ਚੀਜ਼ਾਂ ਤੁਹਾਨੂੰ ਫੀਲ ਹੋ ਰਹੀਆਂ, ਲਾਈਕ ਤੁਸੀਂ ਇੱਕ ਫ੍ਰੈਗਰੈਂਸ ਨੂੰ ਫੀਲ ਕਰ ਰਹੇ, ਇੱਕ ਫਰੀਡਮ ਨੂੰ ਫੀਲ ਕਰ ਰਹੇ, ਇੱਕ ਆਜ਼ਾਦੀ ਨੂੰ, ਇੱਕ ਮਹਿਕ ਨੂੰ, ਇੱਕ ਅਲੌਕਿਕ ਵਾਤਾਵਰਣ ਨੂੰ ਤੁਸੀਂ ਜਿਹੜਾ ਆ ਮਹਿਸੂਸ ਕਰ ਰਹੇ ਹਾਂ, ਤਾਂ ਸਮਝੋ ਕਿ ਸੱਚਮੁੱਚ ਤੁਹਾਡਾ ਜਿਹੜਾ ਸਿਸਟਮ ਹੈ ਨਾ ਉਹ ਸੈੱਟ ਹੋ ਗਿਆ। ਔਰ ਉਸ ਅਵਸਥਾ ਦੇ ਵਿੱਚ ਜਾ ਕੇ ਸ਼ਬਦ ਜਿਹੜੇ ਆ ਉਹ ਬਹੁਤ ਥੋੜ੍ਹੇ ਰਹਿ ਜਾਂਦੇ ਆ, ਬਟ ਫੀਲਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਵੱਧ ਜਾਂਦੀ ਆ। ਉਸ ਵੇਲੇ ਅਸੀਂ ਸਮਝ ਸਕਦੇ ਹਾਂ ਕਿ ਹਾਂਜੀ ਹੁਣ ਜਿਹੜਾ ਆ ਹੁਣ ਅਸੀਂ ਪ੍ਰਾਰਥਨਾ ਦੇ ਵਿੱਚ ਬੈਠੇ ਹਾਂ। ਪਰ ਕੋਈ ਵੀ ਨਿਆਣਾ ਇੱਦਾਂ ਨਹੀਂ ਆ ਕਿ ਉਹ 3 ਸਾਲਾਂ ਦਾ ਹੋਇਆ ਅਤੇ ਤੁਸੀਂ ਉਹਨੂੰ ਐੱਮ ਏ 'ਚ ਐਡਮਿਸ਼ਨ ਦੇ ਦਿਓ, ਨਰਸਰੀ ਦੇ ਥਰੂ ਹੀ ਉਹਨੂੰ ਐੱਮ ਏ ਤੱਕ ਜਾਣਾ, ਉਹਦੇ ਬਾਅਦ 'ਚ ਭਾਵੇਂ ਉਹ ਪੀ ਐੱਚ ਡੀ ਕਰ ਲਵੇ। ਸੋ ਸਾਨੂੰ ਸਟੈਪ ਬਾਏ ਸਟੈਪ ਜਾਣਾ ਪੈਂਦਾ ਆ। ਬਹੁਤ ਸਾਰੇ ਲੋਕ ਆ ਉਹ ਗਰਮ ਗਰਮ ਚੀਜ਼ ਨੂੰ ਆਪਣੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਅਤੇ ਫਿਰ ਉਹ ਚੀਜ਼ ਵੀ ਅੰਦਰ ਨਹੀਂ ਲੰਘਦੀ ਤਾਂ ਮੂੰਹ ਵੀ ਛਾਲਿਆਂ ਨਾਲ ਭਰ ਜਾਂਦਾ ਹੈ। ਮੇਰਾ ਮਤਲਬ ਵੱਡੀਆਂ ਛਾਲਾਂ ਮਾਰਨ ਦੀ ਕੋਸ਼ਿਸ਼ ਕਰਦੇ ਆ ਕਿ ਦੋਨਾਂ ਨੂੰ 10-15 ਵਰਸਿਸ ਯਾਦ ਹੋ ਗਈਆਂ ਅਤੇ ਫਿਰ ਬਾਈਬਲ ਨੂੰ ਝੋਲੇ ਦੇ ਵਿੱਚ ਪਾ ਲਿਆ ਅਤੇ ਫਿਰ ਨਿਕਲ ਗਏ ਅਤੇ ਫਿਰ ਲੋਕਾਂ ਨੇ ਸਵਾਲ ਪੁੱਛੇ ਅਤੇ ਫਿਰ ਉਹਨਾਂ ਨੇ ਜਵਾਬ ਦੇਣੇ ਨਹੀਂ ਆਏ। ਪਰ ਫਿਰ ਉਹ ਕਹਿੰਦੇ ਜੀ ਵਚਨ ਦੇ ਵਿੱਚ ਤਾਂ ਲਿਖਿਆ ਜਦੋਂ ਤੁਸੀਂ ਹਾਕਮਾਂ ਦੇ ਅੱਗੇ ਪੇਸ਼ ਕੀਤੇ ਜਾਓਗੇ ਮੈਂ ਤੁਹਾਡੇ ਮੂੰਹ ਨੂੰ ਵਚਨਾਂ ਦੇ ਨਾਲ ਭਰ ਦੂੰਗਾ। ਇਹ ਤਾਂ ਪ੍ਰਭੂ ਨੇ ਐਵੇਂ ਗੱਲਾਂ ਲਿਖੀਆਂ, ਸਾਡੇ ਮੂੰਹ ਤਾਂ ਵਚਨਾਂ ਨਾਲ ਭਰਿਆ ਨਹੀਂ। ਤਾਂ ਮੈਂ ਉਹਨਾਂ ਨੂੰ ਦੱਸਾਂ ਕਿ ਸਿਰਫ ਇੰਨੀਆਂ ਕੁ ਗੱਲਾਂ ਤਾਂ ਨਹੀਂ ਲਿਖੀਆਂ ਜਿੰਨੀਆਂ ਤੁਹਾਨੂੰ ਚੇਤੇ ਹੋ ਗਈਆਂ। ਬਾਈਬਲ ਤਾਂ ਸਾਰੀ ਹੁਕਮਾਂ ਦੇ ਨਾਲ ਭਰੀ ਹੋਈ ਆ, ਬਾਈਬਲ ਤਾਂ ਸਾਰੀ ਸਿਖਾਉਣ ਵਾਸਤੇ ਭਰੀ ਹੋਈ ਆ। ਇਸ ਲਈ ਸਾਨੂੰ ਸਟੈਪ ਬਾਏ ਸਟੈਪ ਚੱਲਣ ਦੀ ਜ਼ਰੂਰਤ ਆ, ਸਾਨੂੰ ਪਰਮੇਸ਼ੁਰ ਜੀ ਦੀ ਲੀਡਿੰਗ ਦੀ ਜ਼ਰੂਰਤ ਆ, ਸਾਨੂੰ ਪਰਮੇਸ਼ੁਰ ਜੀ ਦੀ ਅਗਵਾਈ ਦੀ ਜ਼ਰੂਰਤ, ਉਹ ਅਗਵਾਈ ਜਿਹੜੀ ਪਰਮੇਸ਼ੁਰ ਜੀ ਪਵਿੱਤਰ ਆਤਮਾ ਜੀ ਦੇ ਵਸੀਲੇ ਕਰਦੇ ਆ। ਇਸ ਲਈ ਮੇਰੀ ਗੋਜੇਵਾਲ ਚਰਚ ਦੀ ਕੌਂਗਰੀਗੇਸ਼ਨ ਨੂੰ ਖਾਸ ਕਰਕੇ ਔਰ ਹੋਰ ਵੀ ਮੇਰੇ ਸਾਰੇ ਭੈਣ ਭਰਾ ਜਿਹੜੇ ਡਿਫਰੈਂਟ ਕੌਂਗਰੀਗੇਸ਼ਨਸ ਤੋਂ ਸੰਗਤਾਂ ਤੋਂ ਜਿਹੜੇ ਆ ਉਹ ਦੇਖ ਰਹੇ ਆ, ਡਿਫਰੈਂਟ ਚਰਚਿਸ ਦੇ ਜਿਹੜੇ ਭੈਣ ਭਰਾ ਦੇਖ ਰਹੇ ਆ,
ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਦਾ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਜਿਹੜੀ ਆ ਉਹ ਬਾਈਬਲ ਬੇਸਡ ਮਿਨਿਸਟਰੀ ਆ ਜਿਹਦਾ ਹਰ ਮੁਮਕਿਨ ਕੋਸ਼ਿਸ਼ ਜਿਸ ਦੀ ਇਹ ਹੋਈ ਆ ਕਿ ਇੱਕ ਮਨੁੱਖ ਦਾ ਜਿਹੜਾ ਆ ਉਹ ਰਿਸ਼ਤਾ ਪਰਮੇਸ਼ਵਰ ਦੇ ਨਾਲ ਕਿੱਦਾਂ ਜੁੜ ਸਕਦਾ ਆ, ਇੱਕ ਮਨੁੱਖ ਆਪਣੀ ਆਵਾਜ਼ ਨੂੰ ਪਰਮੇਸ਼ਵਰ ਜੀ ਤੱਕ ਕਿੱਦਾਂ ਲੈ ਕੇ ਜਾ ਸਕਦਾ, ਕਿੱਦਾਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਇੱਕ ਮਨੁੱਖ ਸੁਣ ਸਕਦਾ ਆ। ਸਾਡੀ ਹਰ ਮੁਮਕਿਨ ਕੋਸ਼ਿਸ਼ ਇਹ ਹੋਈ ਆ, ਇਹਦੇ ਵਿੱਚ ਸਾਡੀ ਬਿਲਕੁਲ ਵੀ ਕੋਸ਼ਿਸ਼ ਇਹ ਨਹੀਂ ਹੈ ਕਿ ਮਨੁੱਖ ਸਾਡੇ ਤੱਕ ਭਰੋਸਾ ਰੱਖਣ ਔਰ ਅਸੀਂ ਮਨੁੱਖਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ, ਨਹੀਂ। ਪਰ ਸਾਡੀ ਇੱਕੋ ਹੀ ਕੋਸ਼ਿਸ਼ ਆ, ਇਸ ਮਿਨਿਸਟਰੀ ਨੂੰ ਪਰਮੇਸ਼ਵਰ ਨੇ ਇੱਕੋ ਹੀ ਹੁਕਮ ਲਾਇਆ ਕਿ ਮੇਰੇ ਲੋਕਾਂ ਨੂੰ ਮੇਰੇ ਤੱਕ ਲੈ ਕੇ ਆਓ ਔਰ ਮੇਰੇ ਕੰਮਾਂ ਦਾ ਵਰਣਨ ਮੇਰੇ ਲੋਕਾਂ ਦੇ ਵਿੱਚ ਕਰੋ। ਔਰ ਜਦ ਤੱਕ ਸਾਨੂੰ ਪ੍ਰਾਰਥਨਾ ਕਰਨੀ ਨਹੀਂ ਆਏਗੀ, ਮੇਰੇ ਖਿਆਲ ਦੇ ਵਿੱਚ ਬਹੁਤ ਔਖਾ ਹੋਏਗਾ ਕਿ ਅਸੀਂ ਪਰਮੇਸ਼ਵਰ ਜੀ ਤੱਕ ਪਹੁੰਚੀਏ ਜਾਂ ਪਰਮੇਸ਼ਵਰ ਜੀ ਦੀ ਰਜ਼ਾ ਨੂੰ ਸਮਝੀਏ ਜਾਂ ਪਰਮੇਸ਼ਵਰ ਦੇ ਵਚਨ ਨੂੰ ਸਮਝੀਏ। ਤਾਂ ਬਹੁਤ ਜ਼ਰੂਰੀ ਆ ਕਿ ਅਸੀਂ ਪ੍ਰਾਰਥਨਾ ਕਰਨੀ ਸਿੱਖੀਏ, ਕਿਉਂਕਿ ਹਰ ਜ਼ਰੂਰਤ ਦੇ ਸਮੇਂ ਵਿੱਚ ਪ੍ਰਾਰਥਨਾ ਹੀ ਸਾਡੇ ਲਈ ਛੁਟਕਾਰਾ ਬਣਦੀ ਆ, ਹਰ ਖੁਸ਼ੀ ਦੇ ਸਮੇਂ ਦੇ ਵਿੱਚ ਪ੍ਰਾਰਥਨਾ ਹੀ ਸਾਡੀ ਸੁਰੱਖਿਆ ਬਣਦੀ ਆ। ਇਸ ਲਈ ਪ੍ਰਾਰਥਨਾ ਕਰਨੀ ਸਾਨੂੰ ਆਉਣੀ ਚਾਹੀਦੀ ਆ, ਔਰ ਉਹ ਪ੍ਰਾਰਥਨਾ ਜਿਹੜੀ ਮਨ ਦੀ ਗਹਿਰਾਈ ਤੋਂ ਨਿਕਲੇ ਫਿਰ ਉਹ ਭਾਵੇਂ ਇੱਕ ਮਿੰਟ ਦੀ ਹੋਵੇ ਉਹ ਉਦੋਂ ਹੀ ਕੰਮ ਕਰਦੀ ਆ। ਕਿਉਂਕਿ ਫਰਜ਼ ਕਰੋ ਕਿ ਮੋਹਰੇ ਤੁਹਾਨੂੰ ਕੋਈ ਗੋਲੀ ਮਾਰਨ ਨੂੰ ਖਲੋਤਾ ਤੇ ਤੁਹਾਡੇ ਕੋਲ ਇੱਕ ਘੰਟਾ ਪ੍ਰਾਰਥਨਾ ਕਰਨ ਦੀ ਟਾਈਮਿੰਗ ਨਹੀਂ ਆ, ਤੁਹਾਨੂੰ ਇੱਕ ਸੈਕਿੰਡ ਦੇ ਵਿੱਚ ਪ੍ਰਾਰਥਨਾ ਕਰਨੀ ਆ, ਔਰ ਉਹ ਪ੍ਰਾਰਥਨਾ ਕਿੱਦਾਂ ਦੀ ਹੋਊਗੀ ਸੋਚਣ ਦੀ ਗੱਲ, ਉਹ ਤੁਹਾਡੇ ਮੂੰਹ ਚੋਂ ਵੀ ਨਿਕਲਣ ਨੂੰ ਟਾਈਮ ਲੱਗਣਾ ਆ। ਪਰ ਜੇ ਉਸ ਤੋਂ ਪਹਿਲਾਂ ਤੁਹਾਡੀ ਜਿਹੜੀ ਪ੍ਰਾਰਥਨਾ ਜਿਹੜੀ ਤੁਸੀਂ ਘੰਟਿਆਂ ਬੱਧੀ ਕੀਤੀ ਆ ਜਾਂ ਜਿਹੜਾ ਤੁਸੀਂ ਜ਼ਿਆਦਾ ਸਮਾਂ ਪਰਮੇਸ਼ਵਰ ਦੇ ਨਾਲ ਬਿਤਾਇਆ ਆ, ਤੁਹਾਡੀ ਉਹ ਰਿਲੇਸ਼ਨਸ਼ਿਪ ਜਿਹੜੀ ਆ ਉਹ ਤੁਹਾਡੀ ਇੱਕ ਸੈਕਿੰਡ ਦੀ ਜਿਹੜੀ ਪ੍ਰਾਰਥਨਾ ਆ ਨਾ ਉਹਦਾ ਆਨਸਰ ਲੈ ਕੇ ਆਊਗੀ। ਪਰ ਜੇ ਤੁਸੀਂ ਕਦੀ ਪ੍ਰਾਰਥਨਾ ਹੀ ਨਹੀਂ ਕੀਤੀ ਔਰ ਫਿਰ ਤੁਸੀਂ ਉਸ ਵੇਲੇ ਕਹੋ ਮੈਨੂੰ ਬਚਾ ਜਾਂ ਆ ਜਾ ਪ੍ਰਭੂ, ਤਾਂ ਕੁਛ ਨਹੀਂ ਹੋਣਾ। ਫਿਰ ਤੁਸੀਂ ਕਹੋਗੇ ਜੀ ਤੁਸੀਂ ਤਾਂ ਕਿਹਾ ਸੀਗਾ, ਤੁਸੀਂ ਆਵਾਜ਼ ਮਾਰੋਗੇ ਜ਼ਬੂਰਾਂ ਦੇ ਵਿੱਚ ਲਿਖਿਆ ਉਹ ਮੈਨੂੰ ਪੁਕਾਰੇਗਾ ਤਾਂ ਮੈਂ ਉਹਨੂੰ ਉੱਤਰ ਦੇਵਾਂਗਾ। ਤਾਂ ਬਈ ਜੇ ਜ਼ਬੂਰਾਂ ਦੇ ਵਿੱਚ ਇਹ ਲਿਖਿਆ ਆ ਤਾਂ ਬਾਕੀ ਸਾਰੀ ਬਾਈਬਲ ਦੇ ਵਿੱਚ ਵੀ ਬਹੁਤ ਕੁਛ ਲਿਖਿਆ ਆ, ਉਹਨੂੰ ਵੀ ਪੜ੍ਹਨ ਦੀ ਜ਼ਰੂਰਤ ਆ, ਉਹਨੂੰ ਵੀ ਸਮਝਣ ਦੀ ਜ਼ਰੂਰਤ ਆ। ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਬਿਪਤਾ ਦੇ ਵੇਲੇ ਪਰਮੇਸ਼ਵਰ ਸਾਡੀ ਦੁਹਾਈ ਨੂੰ ਸੁਣੇ, ਦੁੱਖਾਂ ਦੇ ਵੇਲੇ ਜਿਹੜੀ ਸਾਡੀ ਪ੍ਰਾਰਥਨਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਔਰ ਜਦੋਂ ਅਸੀਂ ਪਰਮੇਸ਼ਵਰ ਜੀ ਨੂੰ ਪੁਕਾਰੀਏ ਤਾਂ ਸਾਨੂੰ ਉੱਤਰ ਦੇਵੇ ਔਰ ਦੁੱਖ ਵਿੱਚ ਉਹ ਸਾਡੇ ਅੰਗ ਸੰਗ ਹੋਵੇ ਔਰ ਉਹ ਸਾਡਾ ਸੱਜਾ ਹੱਥ ਫੜੇ ਅਤੇ ਸਾਨੂੰ ਸੰਭਾਲੇ, ਤਾਂ ਫਿਰ ਸਾਨੂੰ ਜ਼ਰੂਰਤ ਆ ਕਿ ਅਸੀਂ ਆਪਣੇ ਆਪ ਨੂੰ ਪ੍ਰਾਰਥਨਾ ਵਿੱਚ ਬਣਾ ਕੇ ਰੱਖੀਏ, ਅਸੀਂ ਪਰਮੇਸ਼ਵਰ ਦੇ ਨਾਲ ਇੱਕ ਅੱਛੀ ਬੋਂਡਿੰਗ ਦੇ ਵਿੱਚ ਇੱਕ ਅੱਛੀ ਰਿਲੇਸ਼ਨਸ਼ਿਪ ਦੇ ਵਿੱਚ ਆਈਏ ਔਰ ਸਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਆ ਉਹ ਸੁਧਰੇ ਹੋਏ ਅੱਖਰਾਂ ਦੇ ਨਾਲ ਹੋਣ, ਇੱਕ ਸੁੰਦਰ ਤਰੀਕੇ ਦੇ ਨਾਲ ਕੀਤੀਆਂ ਗਈਆਂ ਹੋਣ ਔਰ ਅਸੀਂ ਉਸ ਆਤਮਕ ਜਿਹੜੀ ਸਾਡੀ ਸਪਿਰਚੁਅਲ ਵਾਰਫੇਅਰ ਆ, ਇੱਕ ਆਤਮਕ ਜੰਗ ਚੱਲਦੀ ਆ ਉਹਦੇ ਵਿੱਚ ਅਸੀਂ ਫਤਿਹਮੰਦ ਹੋਈਏ। ਸੋ ਅੱਜ ਦਾ ਵਚਨ ਜਿਹੜਾ ਆ ਉਹ ਆਪਾਂ ਇੱਥੇ ਹੀ ਕਲੋਜ਼ ਕਰਦੇ ਹਾਂ। ਵੈਸੇ ਮੈਂ ਸੋਚ ਰਹੀ ਸੀ ਕਿ ਅੱਜ ਆਪਾਂ ਡੈਨੀਅਲ ਦੀ ਜਿਹੜੀ ਸਟੋਰੀ ਆ ਉਹਦੇ ਬਾਰੇ ਗੱਲ ਕਰਾਂਗੇ, ਬਟ ਮੈਨੂੰ ਨਹੀਂ ਪਤਾ ਕਿ ਇੱਥੇ ਕਿੰਨੇ ਭੈਣ ਭਰਾ ਜਿਹੜੇ ਆ ਉਹ ਹੋ ਸਕਦਾ ਉਹਨਾਂ ਦੀ ਲਾਈਫ ਦੇ ਵਿੱਚ ਇਹ ਪ੍ਰੋਬਲਮ ਹੋਈ ਜਿਹੜਾ ਹੋਲੀ ਸਪਿਰਿਟ ਨੇ ਕਿਹਾ ਕਿ ਪ੍ਰੇਅਰ ਕਰਨੀ, ਦੱਸੋ ਪ੍ਰੇਅਰ ਕਿੱਦਾਂ। ਇਸ ਤੋਂ ਵੀ ਵਧੀਆ ਤੁਹਾਨੂੰ ਕੋਈ ਐਕਸਪਲੇਨ ਕਰ ਸਕਦਾ ਆ, ਬਟ ਮੈਂ ਉਹੀ ਦੱਸਿਆ ਜੋ ਮੇਰੀ ਲਾਈਫ ਦਾ ਐਕਸਪੀਰੀਅੰਸ ਆ, ਜੋ ਮੈਂ ਫੇਸ ਕੀਤਾ ਔਰ ਜਿਹਦੇ ਵਿੱਚੋਂ ਪਰਮੇਸ਼ਵਰ ਨੇ ਮੈਨੂੰ ਓਵਰਕਮ ਕੀਤਾ, ਮੈਨੂੰ ਬਾਹਰ ਕੱਢਿਆ ਪਰਮੇਸ਼ਵਰ ਨੇ, ਮੈਨੂੰ ਫਤਿਹ ਦਿੱਤੀ ਪਰਮੇਸ਼ਵਰ ਨੇ, ਤਾਂ ਮੈਂ ਉਸ ਚੀਜ਼ ਨੂੰ ਤੁਹਾਡੇ ਨਾਲ ਸ਼ੇਅਰ ਕੀਤੀ ਆ। ਔਰ ਆਈ ਐਮ ਵੈਰੀ ਸ਼ੋਰ ਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਉਹ ਇਸ ਐਕਸਪੀਰੀਅੰਸ ਦੇ ਥਰੂ ਆਪਣੀ ਲਾਈਫ ਦੇ ਵਿੱਚ ਇੱਕ ਨਵੀਂ ਰਿਵਾਈਵਲ ਨੂੰ ਦੇਖਣਗੇ, ਇੱਕ ਰੈਵਲੇਸ਼ਨ ਦਾ ਪੀਰੀਅਡ ਉਹਨਾਂ ਦੀ ਲਾਈਫ ਦੇ ਵਿੱਚ ਆਏਗਾ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬਣਾਂਗੇ। ਔਰ ਵਚਨ ਦੇ ਵਿੱਚ ਲਿਖਿਆ ਆ ਕਿ ਅੰਤਲੇ ਦਿਨਾਂ ਦੇ ਵਿੱਚ ਪਰਮੇਸ਼ਵਰ ਆਪਣੇ ਆਤਮਾ ਨੂੰ ਜਿਹੜਾ ਆ ਉਹ ਵਹਾ ਦੇਣਗੇ ਆਪਣੇ ਲੋਕਾਂ ਦੇ ਉੱਤੇ, ਨੌਜਵਾਨਾਂ ਦੇ ਧੀਆਂ ਪੁੱਤਰਾਂ ਦੇ ਉੱਤੇ, ਸਾਡਿਆਂ ਦੇ ਉੱਤੇ ਵਹਾ ਦੇਣਗੇ, ਬਜ਼ੁਰਗ ਦਰਸ਼ਨ ਦੇਖਣਗੇ, ਜਵਾਨ ਸੁਪਨੇ ਦੇਖਣਗੇ। ਤਾਂ ਇਹ ਚੀਜ਼ਾਂ ਹੋਣੀਆਂ ਆ, ਪਰ ਕਿੱਦਾਂ ਹੋਣਗੀਆਂ ਜੇ ਅਸੀਂ ਪ੍ਰਾਰਥਨਾ ਨਹੀਂ ਕਰਾਂਗੇ, ਜੇ ਸਾਨੂੰ ਪਹਿਚਾਣ ਨਹੀਂ ਹੋਏਗੀ ਪਰਮੇਸ਼ਵਰ ਦੀ ਆਵਾਜ਼ ਕਿਹੜੀ ਆ ਜਾਂ ਈਵਲ ਦੀ ਡੀਮਨ ਦੀ ਆਵਾਜ਼ ਸ਼ੈਤਾਨ ਦੀ ਆਵਾਜ਼ ਕਿਹੜੀ ਆ, ਤਾਂ ਸਾਡੇ ਲਈ ਬਹੁਤ ਹਾਰਡ ਹੋ ਜਾਊਗਾ ਉਹਨਾਂ ਚੀਜ਼ਾਂ ਨੂੰ ਸਮਝਣਾ ਕਿ ਪਰਮੇਸ਼ਵਰ ਵੱਲੋਂ ਕਿਹੜੀ ਆ ਰਹੀ ਆ, ਵੈਰੀ ਦੇ ਵੱਲੋਂ ਕਿਹੜੀ ਆ ਰਹੀ ਆ। ਇਸ ਲਈ ਅਸੀਂ ਆਵਾਜ਼ ਨੂੰ ਪਹਿਚਾਨਣਾ ਸਿੱਖਣਾ ਆ। ਫਰਜ਼ ਕਰੋ ਕਿ ਤੁਸੀਂ ਮੈਨੂੰ ਰੋਜ਼ ਕਾਲ ਕਰਦੇ ਆ ਔਰ ਮੈਂ ਇੱਕ ਵਾਰੀ ਤੁਹਾਨੂੰ ਕਾਲ ਕਰਾਂ ਤੇ ਤੁਸੀਂ ਕਹਿਣਾ ਹਾਂਜੀ ਗੁਸ਼ਰਨ ਬੋਲਦੀ ਆ, ਤਾਂ ਕਰਕੇ ਤੁਸੀਂ ਰੋਜ਼ ਮੇਰੇ ਨਾਲ ਗੱਲ ਕਰਦੇ ਜਾਂ ਰੋਜ਼ ਤੁਸੀਂ ਮੇਰੀ ਆਵਾਜ਼ ਨੂੰ ਸਮਝ ਲਓ ਤੁਸੀਂ ਆਨਲਾਈਨ ਸੁਣਦੇ ਆ, ਤਾਂ ਤੁਹਾਨੂੰ ਮੇਰੀ ਆਵਾਜ਼ ਦੀ ਪਹਿਚਾਣ ਹੋ ਗਈ ਕਿ ਤੁਸੀਂ ਅੱਖਾਂ ਬੰਦ ਕਰਕੇ ਵੀ ਬੈਠੇ ਆ ਤਾਂ ਅਚਾਨਕ ਕਿਸੇ ਨੇ ਫੋਨ ਦੇ ਉੱਤੇ ਪ੍ਰੋਗਰਾਮ ਲਗਾ ਦਿੱਤਾ ਤੇ ਤੁਸੀਂ ਕਹਿਣਾ ਅੱਛਾ ਇਹ ਗੁਸ਼ਰਨ ਬੋਲਦੀ ਆ, ਹੈਨਾ। ਪਰ ਜੇ ਕੋਈ ਹੋਰ ਪ੍ਰਚਾਰਕ ਹੋਏ ਜਿਹਨੂੰ ਤੁਸੀਂ ਨਹੀਂ ਸੁਣਿਆ ਜਾਂ ਬਹੁਤ ਲੰਮੇ ਅਰਸੇ ਪਹਿਲਾਂ ਸੁਣਿਆ ਸੀ ਫੇਰ ਨਹੀਂ ਸੁਣਿਆ, ਤਾਂ ਤੁਸੀਂ ਜਿਹਨੇ ਵੀ ਪ੍ਰੋਗਰਾਮ ਪਲੇ ਕੀਤਾ ਤੁਸੀਂ ਕਹਿਣਾ ਇਹ ਕੌਣ ਬੋਲਦਾ ਭਲਾ, ਇਹ ਆਵਾਜ਼ ਸੁਣੀ ਸੁਣੀ ਲੱਗਦੀ, ਭਲਾ ਕੌਣ ਬੋਲਦਾ ਆ ਕਰਕੇ ਹੁਣ ਤੁਸੀਂ ਉਹਦੇ ਨਾਲ ਸੰਪਰਕ ਵਿੱਚ ਨਹੀਂ ਹੋ।
ਇਸ ਲਈ ਸਾਨੂੰ ਬਹੁਤ ਜ਼ਰੂਰੀ ਆ ਅਸੀਂ ਸੰਪਰਕ ਵਿੱਚ ਰਹੀਏ। ਜਿੱਦਾਂ ਅਸੀਂ ਆਪਣੇ ਚਾਹੁਣ ਵਾਲਿਆਂ ਦੀ ਆਵਾਜ਼ ਨੂੰ ਝੱਟ ਹੀ ਪਛਾਣ ਲੈਂਦੇ ਹਾਂ, ਸਿੰਗਲ ਹੈਲੋ ਦੇ ਵਿੱਚ ਅਸੀਂ ਸਿਆਣ ਲੈਂਦੇ, ਪਰ ਜਿਹੜੇ ਜੇ ਕੋਈ ਅਨਨੋਨ ਕਰੇ ਜਿਹਦੇ ਨਾਲ ਸਾਡਾ ਕੋਂਟੈਕਟ ਨਹੀਂ ਹੈ, ਫਿਰ ਅਸੀਂ ਉਹਨੂੰ ਕਹਿੰਦੇ ਸੋਰੀ ਮੈਂ ਪਛਾਣਿਆ ਨਹੀਂ, ਤੁਸੀਂ ਕੌਣ ਬੋਲਦੇ ਆ, ਤੁਸੀਂ ਮੈਨੂੰ ਦੱਸੋਗੇ ਤੁਸੀਂ ਕੌਣ ਬੋਲਦੇ ਆ। ਅੱਜ ਮਨੁੱਖ ਦਾ ਇਹੀ ਹਾਲ ਆ, ਪਰਮੇਸ਼ਵਰ ਮਨੁੱਖ ਦੇ ਨਾਲ ਗੱਲ ਕਰਨੀ ਚਾਹੁੰਦਾ ਆ, ਔਰ ਪਰਮੇਸ਼ਵਰ ਜੀ ਆਪਣੇ ਆਤਮਾ ਦੇ ਵਸੀਲੇ ਗੱਲ ਕਰਦੇ ਆ, ਪਰ ਮਨੁੱਖ ਕਹਿੰਦਾ ਰੋਂਗ ਨੰਬਰ, ਮਨੁੱਖ ਕਹਿੰਦਾ ਮੈਂ ਨਹੀਂ ਜਾਣਦਾ ਤੂੰ ਕੌਣ ਆ, ਮੈਂ ਤਾਂ ਤੈਨੂੰ ਕਦੀ ਸੁਣਿਆ ਹੀ ਨਹੀਂ ਕਿਉਂਕਿ ਅਸੀਂ ਕਦੀ ਕੋਂਟੈਕਟ ਨਹੀਂ ਕੀਤਾ। ਇਸ ਲਈ ਇਸ ਸਮੇਂ ਦੇ ਵਿੱਚ ਤੁਸੀਂ ਵਿਹਲੇ ਆ, ਇਸ ਸਮੇਂ ਦੇ ਵਿੱਚ ਉਹਦਾ ਕੋਂਟੈਕਟ ਨੰਬਰ ਜਿਹੜਾ ਆ ਉਹਨੂੰ ਫੀਡ ਕਰ ਲਓ, ਉਹਦੇ ਨਾਲ ਕੋਂਟੈਕਟ ਕਰਨਾ ਸ਼ੁਰੂ ਕਰੋ, ਔਰ ਉਹਦੀ ਲਾਈਨ ਜਿਹੜੀ ਆ ਉਹਦੇ ਵਿੱਚ ਜੋ ਵੀ ਪ੍ਰੋਬਲਮ ਜੋ ਵੀ ਰੁਕਾਵਟਾਂ ਆਉਂਦੀਆਂ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੋ, ਤਾਂ ਜੋ ਤੁਹਾਡਾ ਕੋਂਟੈਕਟ ਜਿਹੜਾ ਹੈ ਉਹ ਸਿੱਧਾ ਹੋ ਜਾਵੇ। ਔਰ ਵਚਨ ਦੇ ਵਿੱਚ ਲਿਖਿਆ ਆ ਕਿ ਮਨੁੱਖ ਉੱਤੇ ਭਰੋਸਾ ਰੱਖਣ ਦੇ ਨਾਲੋਂ ਯਹੋਵਾ ਦੇ ਉੱਤੇ ਭਰੋਸਾ ਰੱਖਣਾ ਭਲਾ ਆ। ਇਸ ਲਈ ਤੁਸੀਂ ਮਨੁੱਖਾਂ ਦੇ ਉੱਤੋਂ ਆਪਣੀਆਂ ਅੱਖਾਂ ਚੁੱਕੋ, ਔਰ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੇ ਨਾਲ ਆਪਣੀਆਂ ਅੱਖਾਂ ਜਿਹੜੀਆਂ ਆ ਉਹ ਜੋੜੋ, ਉਹਦੇ ਵੱਲ ਨੂੰ ਤੱਕੋ। ਔਰ ਜਿੱਦਾਂ ਜ਼ਬੂਰਾਂ ਦੇ ਵਿੱਚ ਲਿਖਿਆ, ਕਹਿੰਦਾ ਮੇਰੀ ਮਦਦ ਕਿੱਥੋਂ ਆਉਂਦੀ ਆ, ਕਹਿੰਦਾ ਮੇਰੀ ਮਦਦ ਲਈ ਰੱਬ ਆਪ ਆਉਂਦਾ ਆ। ਤਾਂ ਸਾਡੀਆਂ ਅੱਖਾਂ ਪਰਮੇਸ਼ਵਰ 'ਤੇ ਲੱਗੀਆਂ ਹੋਣੀਆਂ ਚਾਹੀਦੀਆਂ ਕਿ ਅਸੀਂ ਇਹ ਨਾ ਡਿੱਕੀਏ ਕਿ ਕੌਣ ਮੇਰੇ ਲਈ ਰਾਸ਼ਨ ਲੈ ਕੇ ਆਊਗਾ, ਉਹ ਤਾਂ ਆਪਣੇ ਸਵਰਗਦੂਤਾਂ ਨੂੰ ਘੱਲ ਦੂਗਾ ਤੁਹਾਡੇ ਲਈ ਰਾਸ਼ਨ ਦੇ ਕੇ। ਤੁਹਾਨੂੰ ਤਾਂ ਸਟ੍ਰੈਸ ਲੈਣ ਦੀ ਲੋੜ ਹੀ ਕੋਈ ਨਹੀਂ, ਤੁਹਾਨੂੰ ਘਰੋਂ ਨਿਕਲਣ ਦੀ ਲੋੜ ਹੀ ਕੋਈ ਨਹੀਂ, ਤੁਹਾਨੂੰ ਸਿਰਫ ਭਰੋਸਾ ਕਰਨ ਦੀ ਜ਼ਰੂਰਤ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਬਾਇਓਲੋਜੀਕਲ ਚੀਜ਼ਾਂ ਦੇ ਉੱਤੇ ਬਹੁਤ ਭਰੋਸਾ ਰੱਖਦੇ, ਸਰੀਰਕ ਤੌਰ 'ਤੇ ਬਹੁਤ ਭਰੋਸਾ ਰੱਖਦੇ, ਲੈ ਇੱਦਾਂ ਕਿੱਦਾਂ ਹੁਣ ਪਰਮੇਸ਼ਵਰ ਭਲਾ ਉੱਤੋਂ ਮੇਰੇ ਲਈ ਲਿਫਾਫੇ ਚੱਕ ਕੇ ਲੈ ਕੇ ਆਊਗਾ। ਤੁਹਾਨੂੰ ਕੀ ਲੱਗ ਰਿਹਾ ਕਿ ਉਹਨੂੰ ਲਿਫਾਫੇ ਚੁੱਕਣੇ ਔਖੇ ਲੱਗਦੇ ਆ, ਉਹ ਤਾਂ ਹਨੇਰੀਆਂ ਵਗਾ ਕੇ ਗੱਡੀਆਂ ਦੀਆਂ ਗੱਡੀਆਂ ਚੱਕ ਕੇ ਲੈ ਜਾਂਦਾ ਆ, ਤਾਂ ਲਿਫਾਫੇ ਕੀ ਚੀਜ਼ ਆ? ਅਤੇ ਉਹ ਕੁਛ ਵੀ ਕਰ ਸਕਦਾ, ਉਹ ਕਿਸੇ ਦੇ ਵੀ ਮਨ 'ਚ ਪਾ ਸਕਦਾ ਕਿ ਜਾ ਉਹ ਭੁੱਖਾ ਬੈਠਾ ਉਹਨੂੰ ਦੇ ਕੇ ਆ। ਉਹ ਤੁਹਾਡੇ ਲਈ ਤੁਸੀਂ ਇੱਕ ਜਾਣੇ ਨੂੰ ਉਡੀਕਦੇ ਹੋ, ਦਸਾਂ ਜਾਣਿਆਂ ਨੂੰ ਭੇਜਣ ਦੀ ਤਾਕਤ ਰੱਖਦਾ ਆ। ਉਹ ਸੈਨਾਵਾਂ ਦਾ ਯਹੋਵਾ ਪਰਮੇਸ਼ਵਰ ਆ, ਉਹ ਸਭ ਚੀਜ਼ਾਂ 'ਤੇ ਹਕੂਮਤ ਕਰਨ ਦੀ ਤਾਕਤ ਰੱਖਦਾ ਆ। ਬਸ ਸਾਨੂੰ ਆਪਣਾ ਭਰੋਸਾ ਜਿਹੜਾ ਆ ਉਹ ਪਰਮੇਸ਼ਵਰ ਦੇ ਉੱਤੇ ਰੱਖਣ ਦੀ ਜ਼ਰੂਰਤ ਆ, ਔਰ ਉਹਦੇ ਨਾਲ ਸਾਨੂੰ ਕੋਂਟੈਕਟ ਸਹੀ ਕਰਨ ਦੀ ਜ਼ਰੂਰਤ ਆ, ਔਰ ਉਹਦੀ ਇੱਛਾ ਨੂੰ ਜਾਣਨ ਅਤੇ ਸਮਝਣ ਦੀ ਜ਼ਰੂਰਤ ਆ। ਸੋ ਅੱਜ ਦੇ ਵਚਨ ਨੂੰ ਆਪਾਂ ਇੱਥੇ ਕਲੋਜ਼ ਕਰਦੇ ਹਾਂ। ਪਰਮੇਸ਼ਵਰ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਬਣੀ ਰਹੇ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 0182-5567-77। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।